ਤੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਸਾਰਿਆਂ ਨੂੰ ਅਰਵਿੰਦ ਕੌਰ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਸੋ ਮੱਚ ਫੋਰ ਜੁਆਇਨਿੰਗ ਬੜੇ ਆਰਾਮ ਨਾਲ ਬੈਠ ਜਾਓ ਗੱਲ ਸੁਣਦੇ ਹਾਂ ਅੱਜ ਦੀ ਅੱਜ ਕਿਹਨੇ ਸਾਨੂੰ ਕਾਲ ਕੀਤੀ ਹੈ ਐਂਡ ਅੱਜ ਜਿਹੜੇ ਵਿਊਅਰ ਹੈ ਉਹ ਇਹ ਵੀ ਕਹਿ ਰਹੇ ਨੇ ਕਿ ਉਹ ਹਮੇਸ਼ਾ ਸਾਡਾ ਸ਼ੋਅ ਦੇਖਦੇ ਹਾਂ ਪਰ ਕਾਲ ਕਦੀ ਨਹੀਂ ਕੀਤੀ ਕਹਿੰਦੇ ਨੇ ਪੰਜਾਬੀ ਸਮਝਦੀ ਹਾਂ ਬਹੁਤ ਚੰਗੀ ਲੱਗਦੀ ਹੈ ਪੰਜਾਬੀ ਪਰ ਬੋਲਦੀ ਨਹੀਂ ਬੋਲਦੀਆਂ ਥੋੜ੍ਹਾ ਥੋੜ੍ਹਾ ਬੋਲਦੀਆਂ ਅਤੇ ਸਾਰੇ ਹੱਸਦੇ ਨੇ ਸਿੰਧੀ ਫੈਮਿਲੀ ਤੋਂ ਨੇ ਕਹਿ ਰਹੇ ਨੇ ਮੇਰੇ ਹਸਬੈਂਡ ਬੜੀ ਦੇਰ ਤੋਂ ਅਸੀਂ ਮਤਲਬ ਆਲਮੋਸਟ ਜਦੋਂ ਦਾ ਗੱਲਬਾਤ ਸ਼ੁਰੂ ਹੋਇਆ ਤਾਂ ਦਾ ਅਸੀਂ ਦੇਖ ਰਹੇ ਹਾਂ ਔਰ ਜਸਟ ਪੰਜਾਬੀ ਅਸੀਂ ਉਤਾਰ ਨਹੀਂ ਸਕਦੇ ਜਸਟ ਬਿਕੋਜ਼ ਕਿ ਗੱਲਬਾਤ ਆਉਂਦਾ ਸੋ ਦੇਖਦੇ ਸੀ ਹਸਬੈਂਡ ਆਪਣੀ ਜ਼ਿੰਦਗੀ ਦੀ ਇੱਕ ਟ੍ਰੈਜਡੀ ਜਿਹੜੀ ਕਿ ਇਹਨਾਂ ਨਾਲ ਹੋਈ ਉਹ ਸ਼ੇਅਰ ਕਰ ਰਹੇ ਨੇ ਤਿੰਨ ਸਾਲ ਪਹਿਲੇ ਇਹਨਾਂ ਦੇ ਹਸਬੈਂਡ ਦੀ ਡੈਥ ਹੋ ਗਈ ਕਹਿੰਦੇ ਨੇ ਬੜੇ ਠੀਕ ਸੀਗੇ ਬਿਲਕੁਲ ਸਭ ਕੁਛ ਠੀਕ ਸੀਗਾ 52 ਈਅਰਸ ਓਲਡ ਐਂਡ ਸਡਨ ਸਟ੍ਰੋਕ ਦੇ ਨਾਲ ਯੂ ਨੋ ਹੀ ਡਾਈਡ 16-17 ਸਾਲ ਵਿਆਹੇ ਰਹੇ ਬਟ ਉਸ ਤੋਂ ਬਾਅਦ ਕਹਿੰਦੇ ਨੇ ਕਿ ਉਹ ਜਿਹੜਾ ਸਿਰਫ ਇਹ ਇੱਥੇ ਹੀ ਨੇ ਕੋਈ ਫੈਮਿਲੀ ਵਗੈਰਾ ਇੱਥੇ ਨਹੀਂ ਹੈ ਇੰਡੀਆ ਦੀ ਇੱਕ ਵੱਡੀ ਸਿਟੀ ਦੇ ਵਿੱਚ ਇਨਲੋਜ਼ ਹੈਗੇ ਹੈ ਪੇਰੈਂਟਸ ਵੀ ਉੱਥੇ ਨੇ ਪਰ ਇਨਲੋਜ਼ ਦੀ ਫੈਮਿਲੀ ਬਹੁਤ ਇਨਫਲੂਐਂਸ਼ਲ ਬਹੁਤ ਅਮੀਰ ਨੇ ਐਂਡ ਕਹਿੰਦੇ ਨੇ ਕਿ ਸਾਡਾ ਬੜਾ ਵੱਡਾ ਹਿੱਸਾ ਜਿਹੜਾ ਹੈ ਕਿ ਇੱਕ ਪ੍ਰੋਪਰਟੀ ਦਾ ਅਤੇ ਬਿਜ਼ਨਸ ਦਾ ਇਹਨਾਂ ਦੇ ਹਸਬੈਂਡ ਦਾ ਵੀ ਉਸ ਦੇ ਵਿੱਚ ਸ਼ੇਅਰ ਸੀ ਸੋ ਸ਼ੇਅਰ ਹੈ ਸਾਰੀ ਟਾਈਮ ਅਸੀਂ ਇੱਥੇ ਬੜੀ ਛੋਟੀ ਜੋਬ ਕਰ ਰਹੀ ਹਾਂ ਮੈਂ ਕਿਸੇ ਪ੍ਰਾਈਵੇਟ ਸਕੂਲ ਦੇ ਵਿੱਚ ਐਂਡ ਹਸਬੈਂਡ ਵੀ ਸਿੰਪਲ ਜੋਬ ਕਰ ਰਹੇ ਸੀ ਸੋ ਅਸੀਂ ਕਿਰਾਏ ਦੇ ਮਕਾਨ 'ਚ 15 ਸਾਲ ਰਹਿੰਦੇ ਰਹੇ ਹਾਂ ਹਸਬੈਂਡ ਵਿਆਹ ਤੋਂ ਪਹਿਲੇ ਦੇ ਇੱਥੇ ਸੀਗੇ ਇਹ 15 ਸਾਲ ਤੋਂ ਮਤਲਬ 15 ਸਾਲ ਵਿਆਹ ਵਾਲੇ ਇਹ ਵਿਆਹ ਕੇ ਸਿੱਧਾ ਇੱਥੇ ਆਏ ਸੋ ਜੋ ਸ਼ੇਅਰ ਕਰ ਰਹੇ ਨੇ ਕਿ ਜਿਹੜੀ ਪ੍ਰੋਪਰਟੀ ਹੈਗੀ ਹੈ ਕਹਿੰਦੇ ਨੇ ਬਸ ਮੈਂ ਜੋ ਉਹਦਾ ਟੇਸਟ ਦੇਖਿਆ ਹੈ ਕਿ ਜਦੋਂ ਮੈਂ ਇੰਡੀਆ ਜਾਣਾ ਮੇਰਾ ਕਮਰਾ ਘਰ 'ਚ ਸੱਜਿਆ ਹੋਇਆ ਔਰ ਜੋ ਮੈਂ ਖਰਚਾ ਕਰਨਾ ਜੋ ਮੈਂ ਘੁੰਮਣਾ ਕਰਨਾ ਉਹ ਮੈਨੂੰ ਜਿੰਨਾ ਮੇਰੇ ਹਸਬੈਂਡ ਨੂੰ ਚਾਹੀਦਾ ਫਟਾਫਟ ਬ੍ਰਦਰਸ ਪਕੜਾ ਦਿੰਦੇ ਸੀ ਕੋਈ ਪ੍ਰੋਬਲਮ ਨਹੀਂ ਹੋਈ ਉਹਨਾਂ ਦੇ ਸ਼ੇਅਰ ਦੇ ਵਿੱਚੋਂ ਪਰ ਸ਼ੇਅਰ ਦੀ ਗੱਲ ਅਸੀਂ ਨਹੀਂ ਕਦੀ ਕਰ ਸਕੇ ਕਹਿੰਦੇ ਮੇਰਾ ਬਹੁਤ ਦਿਲ ਸੀ ਔਰ ਮੈਂ ਪਿਛਲੇ ਜਦੋਂ ਇਹਨਾਂ ਦੇ ਹਸਬੈਂਡ ਚੱਲ ਵਸੇ ਉਸ ਤੋਂ ਪਹਿਲੇ 4-5 ਸਾਲਾਂ ਤੋਂ ਕਹਿੰਦੇ ਮੈਂ ਪਤਾ ਨਹੀਂ ਕਿਉਂ ਮੈਂ ਇਨਸਿਸਟ ਕਰੀ ਜਾ ਰਹੀ ਸੀ ਕਿ ਸਾਨੂੰ ਨਾ ਕੁਛ ਹਿਸਾਬ ਕਰ ਲੈਣਾ ਚਾਹੀਦਾ ਹੈ ਕੁਛ ਕਰ ਲੈਣਾ ਚਾਹੀਦਾ ਆਪਣੀ ਪ੍ਰੋਪਰਟੀ ਅਸੀਂ ਮਤਲਬ ਥੋੜ੍ਹਾ ਹਿੱਸਾ ਲੈ ਲਈਏ ਅਤੇ ਇੱਥੇ ਅਸੀਂ ਆਪਣਾ ਕੋਈ ਮਕਾਨ ਸ਼ਾਨ ਲੈ ਲਈਏ ਬਟ ਮੇਰੇ ਹਸਬੈਂਡ ਜਦੋਂ ਜਾਂਦੇ ਸੀਗੇ ਮੇਰੇ ਬਿਨਾਂ ਵੀ ਜਾਂਦੇ ਸੀ ਅਸੀਂ ਇਕੱਠੇ ਵੀ ਜਾਂਦੇ ਸੀ ਸਾਲ 'ਚ ਇੱਕ ਤਾਂ ਮੇਰਾ ਜ਼ਰੂਰ ਚੱਕਰ ਲੱਗਦਾ ਸੀ ਅਤੇ ਕਦੀ ਅਸੀਂ ਉਹਨਾਂ ਨੂੰ ਕਹਿ ਨਹੀਂ ਸਕੇ ਕਿਉਂਕਿ ਇਹਨਾਂ ਨੇ ਕਦੀ ਕੋਈ ਉਹ ਨਹੀਂ ਕੀਤਾ ਖੁੱਲ੍ਹਾ ਖਰਚਣ ਨੂੰ ਅਸੀਂ ਜਿੰਨਾ ਇੰਡੀਆ ਜਾਈਏ ਸਭ ਉਹਨਾਂ ਨੇ ਦਿੱਤਾ ਪਰ ਉਹ ਇਹਨਾਂ ਨੂੰ ਪਤਾ ਕਿ ਇਹਨਾਂ ਦਾ ਆਪਣਾ ਸ਼ੇਅਰ ਸੀ ਬਿਜ਼ਨਸ ਵਿੱਚ ਵੀ ਅਤੇ ਯੂ ਨੋ ਪ੍ਰੋਪਰਟੀ ਇਟਸ ਅ ਬਿਗ ਸਿਟੀ ਜਿੱਥੇ ਦੇ ਹੈਗੇ ਨੇ ਸੋ ਕਹਿੰਦੇ ਨੇ ਕਿ ਵੈਲਿਊ ਵਾਈਜ਼ ਬਿਜ਼ਨਸ ਦੀ ਵੀ ਅਤੇ ਉਹਦੀ ਵੀ ਜਿੰਨਾ ਉਹ ਸਾਡੇ 'ਤੇ ਖਰਚਾ ਕਰ ਵੀ ਦਿੰਦੇ ਸੀ ਉਸ ਤੋਂ ਕਿਤੇ ਜ਼ਿਆਦਾ ਹੈ ਸੋ ਮੇਰੇ ਮਨ 'ਚ ਹਮੇਸ਼ਾ ਹੀ ਰਿਹਾ ਕਿ ਯੂ ਨੋ ਕਰ ਲੈਣਾ ਚਾਹੀਦਾ ਕੁਛ ਆਪਣਾ ਹਿੱਸਾ ਲੈ ਲੈਣਾ ਚਾਹੀਦਾ ਔਰ ਉਹਨੂੰ ਇੱਥੇ ਯੂਜ਼ ਕਰਕੇ ਅਸੀਂ ਆਪਣਾ ਯੂ ਨੋ ਕੋਈ ਘਰ ਸ਼ਹਿਰ ਬਣਾ ਲਈਏ ਬਟ ਰੱਬ ਨੂੰ ਇਹ ਮਨਜ਼ੂਰ ਸੀ ਕਿ ਹਸਬੈਂਡ ਦੀ ਡੈਥ ਹੋ ਗਈ ਫਿਰ ਕਹਿੰਦੇ ਨੇ ਕਿ ਜਦ ਦੀ ਹਸਬੈਂਡ ਦੀ ਡੈਥ ਹੋਈ ਹੈ ਪਿਛਲੇ 3 ਸਾਲਾਂ ਦੇ ਵਿੱਚ ਇਹਨਾਂ ਦੇ 4 ਚੱਕਰ ਲੱਗ ਚੁੱਕੇ ਹੈ ਜਦੋਂ ਗਈਆਂ ਕਹਿੰਦੇ ਨੇ ਮਨ 'ਚ ਇਹੀ ਆਉਂਦਾ ਔਰ ਨਾਲ ਇਹ ਵੀ ਹੈ ਕਿ ਬੱਚਾ ਕੋਈ ਨਹੀਂ ਇਹਨਾਂ ਦਾ ਐਂਡ ਹੁਣ ਜਿਵੇਂ ਇਹ 46 ਦੇ ਨੇ ਔਰ ਕਹਿੰਦੇ ਨੇ ਮੇਰਾ ਕੋਈ ਨੀਅਤ ਨਹੀਂ ਹੈ ਕਿ ਮੈਂ ਅੱਗੋਂ ਵਿਆਹ ਕਰਨਾ ਹੈ ਜਾਂ ਮੈਨੂੰ ਕੋਈ ਇਸ ਤਰ੍ਹਾਂ ਦਾ ਚਾਹੀਦਾ ਮੈਂ ਠੀਕ ਹਾਂ ਮੈਂ ਜਿਸ ਤਰ੍ਹਾਂ ਚੱਲ ਰਿਹਾ ਠੀਕ ਹੈ ਔਰ ਡੈਥ ਤੋਂ 1 ਸਾਲ ਪਹਿਲੇ ਹਸਬੈਂਡ ਨੇ ਇੱਕ ਅਪਾਰਟਮੈਂਟ ਲਿਆ ਉੱਥੇ ਹੀ ਰਹਿੰਦੇ ਪਏ ਨੇ ਜਿਹੜਾ ਅਪਾਰਟਮੈਂਟ ਸੀ ਉਹ ਵੀ ਆਲ ਕੈਸ਼ ਦੇ ਕੇ ਇੰਡੀਆ ਤੋਂ ਪੈਸਾ ਮੰਗਾਇਆ ਔਰ ਪੂਰਾ ਅਪਾਰਟਮੈਂਟ ਲੈ ਲਿਆ ਚਲੋ ਘਰ ਨਹੀਂ ਲਿਆ ਕਿ ਚਲੋ ਮੋਰਗੇਜ ਜੇ ਉਹ ਤਾਂ ਉਹ ਵੀ ਬੜੀ ਅੱਛੀ ਹੈ ਕਿ ਮੈਨੂੰ ਉਹਦੀ ਬੇਫਿਕਰੀ ਹੈ ਮੇਰੇ ਸਿਰ 'ਤੇ ਕੋਈ ਮੋਰਗੇਜ ਨਹੀਂ ਹੈ ਔਰ ਮੈਂ ਆਲ ਪੇਡ ਅਪਾਰਟਮੈਂਟ 'ਚ ਰਹਿ ਰਹੀ ਹਾਂ ਬਟ ਕਹਿੰਦੇ 3-4 ਸਾਲ ਤੋਂ ਜਦੋਂ ਵੀ ਗਈਆਂ ਉਹਨਾਂ ਨੇ ਕੋਈ ਕਸਰ ਨਹੀਂ ਛੋੜੀ ਮੈਂ ਜਿੰਨਾ ਮਰਜ਼ੀ ਯੂ ਨੋ ਖਰਚਾ ਕਰਨਾ ਹੋਏ ਕੁਛ ਹੈ ਪਰ ਸਮ ਹਾਓ ਮੈਂ ਹੁਣ 2 ਸਾਲਾਂ ਤੋਂ ਫੀਲ ਕਰਦੀ ਹਾਂ ਕਿ ਮੇਰਾ ਬੱਚਾ ਨਹੀਂ ਹੈ ਉਹਨਾਂ ਦੇ ਬੱਚੇ ਵੱਡੇ ਹੋ ਰਹੇ ਹੈ
ਤੇ ਉਹ ਵਿਆਹੇ ਜਾਣਗੇ ਮੁੰਡੇ ਨੂੰਹਾਂ ਆ ਜਾਣਗੀਆਂ ਮੇਰਾ ਕੋਈ ਬੱਚਾ ਨਹੀਂ ਹੈ ਤੇ ਅੱਗੋਂ ਅੱਗੋਂ ਹੁਣੇ ਤੇ ਸਾਰੇ ਕਰਦੇ ਆ ਕਿਉਂਕਿ ਬ੍ਰਦਰਸ ਜਿਹੜੇ ਬ੍ਰਦਰ ਇਨ ਲਾਜ਼ ਆ ਇਹਨਾਂ ਦੇ ਉਹ ਜ਼ਿੰਦਾ ਨੇ ਤੰਦਰੁਸਤ ਨੇ ਪਰ ਕੱਲ ਨੂੰ ਅਗਰ ਉਹ ਨਹੀਂ ਰਹਿਣਗੇ ਤੇ ਮੇਰਾ ਉਹ ਕਟ ਆਫ ਹੋ ਜਾਏਗਾ ਯੂ ਨੋ ਅੱਗੋਂ ਬੱਚੇ ਕਿਸ ਤਰ੍ਹਾਂ ਨਿਭਾਉਣਗੇ ਕੀ ਕਰਨਗੇ ਸੋ ਬੈਟਰ ਹੈ ਕਿ ਮੈਂ ਆਪਣੇ ਹੱਥ ਵਿੱਚ ਆਪਣਾ ਹਿੱਸਾ ਲੈ ਲਾਂ ਕਹਿੰਦੇ ਦੋ ਕੁ ਸਾਲਾਂ ਤੋਂ ਮੈਂ ਥੋੜ੍ਹੀ ਜਿਹੀ ਗੱਲ ਪਾਈ ਵੀ ਹੈ ਉਹ ਹੱਥ ਪੱਲਾ ਨਹੀਂ ਪਕੜਾ ਰਹੇ ਐਸੀ ਚੀਜ਼ ਵਾਸਤੇ ਬਟ ਸਮਹਾਓ ਮੈਨੂੰ ਇਹ ਲੱਗਦਾ ਕਿ ਮੇਰੇ ਕੋਲ ਪੇਪਰਸ ਵਗੈਰਾ ਹੈਗੇ ਹੈ ਕਿ ਮੈਨੂੰ ਕੋਈ ਐਕਸ਼ਨ ਲੈਣਾ ਚਾਹੀਦਾ ਦੁਬਾਰਾ ਸਟ੍ਰੇਟ ਫੋਰਵਰਡ ਰਿਕੁਐਸਟ ਕਰਨੀ ਚਾਹੀਦੀ ਕਿ ਮੈਨੂੰ ਉਹੀ ਠੀਕ ਲੱਗਦਾ ਮੈਨੂੰ ਦੇ ਦਿਓ ਮੇਰਾ ਹਿੱਸਾ ਕਿ ਮੈਂ ਛੋੜਦਾ ਔਰ ਇਸ ਤਰ੍ਹਾਂ ਹੀ ਕਿ ਮੈਂ ਜਦੋਂ ਜਾਂਦੀ ਹਾਂ ਤਾਂ ਮੇਰਾ ਵੈਲਕਮ ਵੀ ਹੁੰਦਾ ਹੈ ਮੇਰੇ ਖਰਚੇ ਵੀ ਉਹ ਕਰਦੇ ਨੇ ਮੈਨੂੰ ਕੋਈ ਵੀ ਚੀਜ਼ ਚਾਹੀਦੀ ਹੋਏ ਤਾਂ ਮੈਨੂੰ ਹਮੇਸ਼ਾ ਉਹ ਪ੍ਰੋਵਾਈਡ ਕਰਦੇ ਨੇ ਸੋ ਕਿਹੜੀ ਚੀਜ਼ ਬੈਟਰ ਹੈ ਆਈ ਨੋ ਥੋੜ੍ਹੀ ਜਿਹੀ ਯੂ ਨੋ ਕਹਾਣੀ ਲੰਬੀ ਹੈ ਬਟ ਸਵਾਲ ਕਾਫੀ ਸਿੰਪਲ ਹੀ ਲੱਗ ਰਿਹਾ ਬਰੀਫਲੀ ਦੁਬਾਰਾ ਦੱਸ ਦਿੰਦੀ ਹਾਂ ਇਹ ਇੱਕ ਸਿੰਧੀ ਫੈਮਿਲੀ ਹੈ ਜਿਹੜੀ ਕਿ ਸਾਨੂੰ ਹਮੇਸ਼ਾ ਤੋਂ ਦੇਖਦੇ ਨੇ ਕਹਿੰਦੇ ਨੇ ਕਿ ਹਸਬੈਂਡ 3 ਸਾਲ ਹੋ ਗਏ ਗੁਜ਼ਰ ਗਏ ਪਿਛਲੀ ਕਾਫੀ ਦੇਰ ਤੋਂ ਇਹ ਕਿਰਾਏ ਦੇ ਮਕਾਨ 'ਤੇ ਇੱਥੇ ਇੱਕ ਇਹਨਾਂ ਦੇ ਹਿਸਾਬ ਨਾਲ ਇੱਕ ਮੀਡੀਓਕਰ ਜ਼ਿੰਦਗੀ ਬਿਤਾ ਰਹੇ ਸੀ ਬਟ ਜਿੱਥੇ ਤੱਕ ਇੰਡੀਆ ਦੇ ਵਿੱਚ ਇਹਨਾਂ ਦੇ ਹਸਬੈਂਡ ਦਾ ਬਹੁਤ ਪੈਸਾ ਅਤੇ ਬਿਜ਼ਨਸ ਸੀਗਾ ਇਹਨਾਂ ਦੇ ਕਹਿਣ ਦੇ ਬਾਵਜੂਦ ਕੁਛ ਨਹੀਂ ਹੋਇਆ ਹਸਬੈਂਡ ਨੇ ਉਸ ਗੱਲ ਨੂੰ ਨਹੀਂ ਮੰਨਿਆ ਕਿ ਆਪਣਾ ਹਿੱਸਾ ਲੈ ਲਓ ਬਟ ਸਮਹਾਓ ਇੱਥੇ ਸਾਲ ਪਹਿਲੇ ਇੱਕ ਅਪਾਰਟਮੈਂਟ ਲੈ ਲਿਆ ਸਾਰਾ ਆਲ ਪੇਡ ਉਹ ਵੀ ਇੰਡੀਆ ਤੋਂ ਹੀ ਪੈਸਾ ਆਇਆ ਪਰ ਹੁਣ ਇਹਨਾਂ ਨੂੰ ਲੱਗਦਾ ਕਿ ਮੈਂ ਜਾਂਦੀ ਹਾਂ ਤਾਂ ਠੀਕ ਹੈ ਮੇਰੇ ਕੋਲ ਰਿਸ਼ਤੇਦਾਰ ਨੇ ਉਹ ਕਰਦੇ ਨੇ ਖਰਚਾ ਵੀ ਕਰਦੇ ਨੇ ਕਾਰਾਂ 'ਚ ਘੁਮਾ ਵੀ ਦਿੰਦੇ ਨੇ ਕੋਈ ਯੂ ਨੋ ਜ਼ਰੂਰਤ ਹੁੰਦੀ ਹੈ ਉੱਥੇ ਵੀ ਲੈ ਜਾਂਦੇ ਨੇ ਪਰ ਅਲਟੀਮੇਟਲੀ ਕੀ ਹੋਏਗਾ ਕਿ ਮੁੰਡੇ ਵਿਆਹੇ ਜਾ ਰਹੇ ਨੇ ਉਹਨਾਂ ਦੇ ਬ੍ਰਦਰ ਇਨ ਲਾਜ਼ ਦੇ ਅਤੇ ਫਿਰ ਅੱਗੋਂ ਅੱਗੋਂ ਫੈਮਿਲੀ ਜਦੋਂ ਬੱਚਿਆਂ ਦੇ ਹੱਥ ਆ ਜਾਏਗੀ ਬਿਜ਼ਨਸ ਵੀ ਬੱਚਿਆਂ ਦੇ ਹੱਥ ਆ ਜਾਏਗਾ ਅਤੇ ਸ਼ਾਇਦ ਇਹ ਚੀਜ਼ ਖਤਮ ਹੋ ਜਾਏਗੀ ਅਤੇ ਮੈਨੂੰ ਆਪਣਾ ਹਿੱਸਾ ਆਪਣੇ ਹੱਥ ਲੈ ਲੈਣਾ ਚਾਹੀਦਾ ਕਿ ਨਹੀਂ ਕਿ ਮੈਂ ਉਹਨਾਂ ਨੂੰ ਸਾਰੇ ਫੈਮਿਲੀ ਨੂੰ ਗਵਾ ਲਾਂਗੀ ਮਤਲਬ ਮੈਂ ਇਸ ਵੇਲੇ ਪੈਸਾ ਚੁਣਾ ਕਿ ਫੈਮਿਲੀ ਆਈ ਨੋ ਇਟਸ ਅ ਟਫ ਕੁਐਸਚਨ ਕਿਉਂਕਿ ਇਹਨਾਂ ਦਾ ਆਪਣਾ ਬੱਚਾ ਕੋਈ ਨਹੀਂ ਹੈ ਹਸਬੈਂਡ ਵੀ ਚਲੇ ਗਏ ਨੇ ਜ ਯੂ ਨੋ ਇਨ ਅ ਵੇ ਜਿਹੜੇ ਕਿ ਪਹਿਲੇ ਹਮੇਸ਼ਾ ਹੁੰਦਾ ਕਿ ਚਲੋ ਯੂ ਨੋ ਆਪੇ ਕੱਢ ਲੈਣਗੇ ਆਪੇ ਹਿਸਾਬ ਕਰ ਲੈਣਗੇ ਪਰ ਹੁਣ ਇਹ ਕਿ ਮੈਂ ਸਾਰਾ ਉਹ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਉਹਨਾਂ ਨੇ ਜ਼ਿਆਦਾ ਗੱਲ ਅੱਗੇ ਨਹੀਂ ਵਧਾਈ ਸੋ ਕੀ ਕਹਿੰਦੇ ਹੋ ਤੁਸੀਂ ਕਿਸ ਚੀਜ਼ ਨੂੰ ਇਹਨਾਂ ਨੂੰ ਚੂਜ਼ ਕਰਨਾ ਚਾਹੀਦਾ ਹੈ ਕਿਵੇਂ ਗੱਲ ਕਰਨੀ ਚਾਹੀਦੀ ਹੈ ਔਰ ਕੀ ਕਰਨੀ ਚਾਹੀਦੀ ਹੈ ਕਰਨੀ ਚਾਹੀਦੀ ਹੈ ਜਾਂ ਨਹੀਂ ਕਰਨੀ ਚਾਹੀਦੀ ਕਿ ਠੀਕ ਹੈ ਸਾਰੇ ਉਹ ਉੱਥੇ ਧਿਆਨ ਰੱਖਦੇ ਨੇ ਖੁੱਲ੍ਹਾ ਪੈਸਾ ਖਰਚਣ ਨੂੰ ਦਿੰਦੇ ਨੇ ਕਦੀ ਕੁਛ ਚਾਹੀਦਾ ਹੋਇਆ ਜ਼ਰੂਰ ਦੇ ਦਿੰਦੇ ਨੇ ਪਰ ਇਹਨਾਂ ਦੇ ਸਾਹਮਣੇ ਉਹ ਅਮਾਊਂਟ ਅਤੇ ਜਿਹੜੀ ਇਹਨਾਂ ਦੀ ਬਣਦੀ ਹੈ ਉਹ ਕਾਫੀ ਜ਼ਿਆਦਾ ਹੈ ਸੋ ਇੱਕੋ ਵਾਰੀ ਕਹਿੰਦੇ ਨੇ ਨਾ ਕਿ ਮੁਰਗੀ ਮਾਰ ਲਈਏ ਕਿ ਆਣ ਦਈਏ ਔਰ ਦੂਜੇ ਪਾਸੇ ਥੋਟ ਇਹ ਵੀ ਹੈ ਕਿ ਬੱਚੇ ਜਿਹੜੇ ਬ੍ਰਦਰ ਇਨ ਲਾਜ਼ ਦੇ ਬੱਚੇ ਆ ਉਹ ਵੱਡੇ ਹੋ ਜਾਣਗੇ ਉਹਨਾਂ ਦੇ ਹੱਥ ਵਿੱਚ ਕੰਟਰੋਲ ਆ ਜਾਏਗਾ ਅਤੇ ਸ਼ਾਇਦ ਇਹ ਜਿਹੜਾ ਸਲਾਨਾ ਜਾਂ ਯੂ ਨੋ ਜਦੋਂ ਵੀ ਜਾਂਦੇ ਨੇ ਤਾਂ ਮਿਲਦਾ ਉਹ ਵੀ ਸ਼ਾਇਦ ਉਸ ਤਰ੍ਹਾਂ ਨਾ ਰਹੇ ਸੋ ਕੀ ਕਹਿੰਦੇ ਹੋ ਇਹਨਾਂ ਨੂੰ ਕੀ ਗਾਈਡ ਕਰੋਗੇ ਕਹਿੰਦੇ ਨੇ ਮੈਨੂੰ ਹਮੇਸ਼ਾ ਬੜਾ ਅੱਛਾ ਲੱਗਦਾ ਕਿ ਸਾਰੇ ਇੱਕ ਇੱਕ ਦੇ ਨਾਮ ਲੈ ਕੇ ਕਹਿ ਰਹੇ ਸੀ ਕਿ ਉਹਨਾਂ ਦੀ ਰਾਏ ਮਿਲੇ ਤਾਂ ਬਹੁਤ ਅੱਛਾ ਮੈਨੂੰ ਬਹੁਤ ਅੱਛਾ ਲੱਗਦਾ ਜਦੋਂ ਸਾਰੇ ਆਪਣੀ ਰਾਏ ਦਿੰਦੇ ਨੇ ਸੋ ਜ਼ਰੂਰ ਕਾਲ ਕਰੋ ਇੰਝ ਕਰਦੀ ਹਾਂ ਤੁਸੀਂ ਸੋਚ ਕੇ ਰੱਖੋ ਬੜਾ ਮਾਣ ਇਹਨਾਂ ਨੇ ਕੀਤਾ ਔਰ ਇੱਕ ਤਰ੍ਹਾਂ ਨਾਲ ਮਾਣ ਦਿੱਤਾ ਹੈ ਗੱਲਬਾਤ ਦੇ ਪਰਿਵਾਰ ਨੂੰ ਕਿ ਆਪਣਾ ਸਵਾਲ ਲੈ ਕੇ ਆਏ ਨੇ ਸੋ ਇੰਝ ਕਰਦੀ ਹਾਂ ਸੋਚ ਕੇ ਰੱਖੋ ਛੋਟੀ ਜਿਹੀ ਮੈਂ ਲੈਂਦੀ ਹਾਂ ਬ੍ਰੇਕ ਵਾਪਸ ਹਾਜ਼ਰ ਹੋਣੀ ਹਾਂ ਸਵਾਗਤ ਹੈ ਸਾਰਿਆਂ ਦਾ ਵਾਪਸ ਲੈਟਸ ਸੀ ਸਾਰੇ ਕੀ ਕਹਿ ਰਹੇ ਨੇ ਇਹਨਾਂ ਨੂੰ ਪੁੱਛਦੇ ਹਾਂ ਹੈਲੋ ਹੈਲੋ ਹਾਂਜੀ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਸੁਦਰਸ਼ਨ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਕੀ ਸੁਣਾਓ ਹਾਲ ਚਾਲ ਠੀਕ ਬਿਲਕੁਲ ਠੀਕ ਹੈ ਤੁਸੀਂ ਦੱਸੋ ਕੀ ਕਹਿੰਦੇ ਹੋ ਇਹਨਾਂ ਨੂੰ ਮੈਂ ਕਹਾਂਗੀ ਕਿ ਇਹ ਬਿਲਕੁਲ ਨਵੀਂ ਚੀਜ਼ ਨਹੀਂ ਹੈ ਅੱਛਾ ਜੀ ਤੇ ਇਹ ਜੇ ਕੇਸਿਸ ਬਹੁਤ ਨੇ ਲੇਕਿਨ ਇਹਨਾਂ ਨੂੰ ਆਪਣਾ ਹਿੱਸਾ ਬਿਲਕੁਲ ਨਹੀਂ ਛੋੜਨਾ ਚਾਹੀਦਾ ਅੱਛਾ ਮੇਰਾ ਤੇ ਖਿਆਲ ਹੈ ਇਹਨਾਂ ਨੂੰ ਅਗਰ ਪੋਸੀਬਲ ਹੈ ਤਾਂ ਇਹਨਾਂ ਨੂੰ ਜਾ ਕੇ ਆਪਣੇ ਘਰ ਉੱਥੇ ਰਹਿਣਾ ਚਾਹੀਦਾ ਕਿਉਂਕਿ ਹੁਣੇ ਮਹਿਮਾਨ ਬਣ ਕੇ ਜਾਂਦੇ ਆ ਤੇ ਉਹ ਆਪਣਾ ਪੂਰੀ ਤਰ੍ਹਾਂ ਕਰ ਦਿੰਦੇ ਨੇ ਚੀਜ਼ਾਂ ਜੋ ਚਾਹੀਦੀਆਂ ਜੋ ਜੋ ਫਿਰਨਾ ਫਿਰਨਾ ਜੋ ਖਰਚਾ ਕਰ ਦਿੰਦੇ ਆ ਔਰ ਇਹ ਵਾਪਸ ਆ ਜਾਂਦੇ ਆ ਤੇ ਇਹ ਉਹਨਾਂ ਦੀ ਗੱਲ ਬਿਲਕੁਲ ਠੀਕ ਹੈ ਕਿ ਕੱਲ ਉਹਨਾਂ ਦੇ ਬੱਚੇ ਜਿਸ ਵੇਲੇ ਬਿਜ਼ਨਸ ਵਿੱਚ ਆ ਜਾਣਗੇ ਇਹਨਾਂ ਨੂੰ ਕੋਈ ਨਹੀਂ ਪੁੱਛੇਗਾ ਪੱਕੀ ਗੱਲ ਹੈ ਅੱਛਾ
ਤੇ ਹੁਣ ਇਹਨਾਂ ਨੂੰ ਚਾਹੀਦਾ ਹੈ ਉੱਥੇ ਜਾਣ, ਮਹੀਨਾ ਰਹਿਣ, 2 ਮਹੀਨੇ ਰਹਿਣ ਔਰ ਆਪਣੇ ਜੇਠ ਦੇ ਨਾਲ ਜਾਂ ਦੇਵਰ ਨਾਲ ਗੱਲ ਕਰਨ ਵੀ ਮੈਨੂੰ ਤੁਸੀਂ ਫਰਕ ਕਰ ਦਿਓ ਮੇਰੇ ਹਿੱਸੇ ਤੋਂ, ਤੇ ਮੈਂ ਇਹੀ ਚਾਹੁੰਦੀ ਹਾਂ। ਤੇ ਪਤਾ ਚੱਲ ਜਾਏਗਾ ਉਹਨਾਂ ਦੀ ਗੱਲਬਾਤ ਤੋਂ ਇਸ ਨੂੰ ਵੀ ਉਹਨਾਂ ਦਾ ਕੀ ਰਵੱਈਆ, ਉੱਥੋਂ ਹੀ ਪਤਾ ਚੱਲ ਜਾਏਗਾ ਔਰ ਜਾ ਕੇ ਥੋੜਾ ਰਹਿਣ, ਰਹਿ ਕੇ ਦੇਖਣ ਅਗਰ ਪੋਸੀਬਲ ਹੈ ਤੇ। ਹਾਂਜੀ, ਕਹਿੰਦੇ ਜਾਂਦੇ ਆ ਹਰ ਸਾਲ ਜਾਂਦੇ ਨੇ ਔਰ 2-2 ਮਹੀਨੇ ਰਹਿੰਦੇ ਆ। ਅੱਛਾ, ਹਾਂਜੀ, ਪਰ ਹੁਣ ਤੇ ਉਹਦੀ ਡੈਥ ਹੋ ਚੁੱਕੀ ਹੈ ਨਾ, ਹੁਣ ਜਾ ਕੇ ਦੇਖਣ ਕੀ ਰਵੱਈਆ, ਹੁਣ ਜਾ ਕੇ ਦੇਖਣ ਕੀ ਰਵੱਈਆ ਹੈ ਉਹਨਾਂ ਦਾ, ਔਰ ਆਪਣੇ ਹਿੱਸੇ ਨੂੰ ਛੋੜਨ ਦੀ ਜ਼ਰੂਰਤ ਨਹੀਂ ਹੈ। ਅਗਰ ਸਮਝਦੇ ਕਿ ਕਾਫੀ ਕੁਛ ਹੈ ਤੇ ਕਿਉਂ ਛੋੜਨ, ਜਾਗਰੀ ਦਾ ਸ਼ੇਅਰ ਹੈ, ਕੋਈ ਭੀਖ ਤੇ ਮੰਗ ਨਹੀਂ ਰਹੀ ਹੋ, ਉਹਦਾ ਸ਼ੇਅਰ ਹੈ। ਸੋ ਤੁਹਾਡੇ ਹਿਸਾਬ ਨਾਲ ਕਿ ਮੰਗ ਲੈਣ, ਕਿਉਂਕਿ ਉਹ ਬਿਲਕੁਲ ਮੰਗ ਲੈਣ, ਬਿਲਕੁਲ ਮੰਗ ਲੈਣ, ਚੁੱਪ ਨਹੀਂ ਰਹਿਣ, ਚੁੱਪੀ ਚੁੱਪੀ ਦੇ ਵਿੱਚ ਜਿਸ ਤਰ੍ਹਾਂ ਉਹ ਚਲਾ ਗਿਆ, ਉਹਨੇ ਨਹੀਂ ਕੁਛ ਕੀਤਾ, ਇਹ ਕੱਲ ਨੂੰ ਚਲੀ ਜਾਏਗੀ, ਕੁਛ ਨਹੀਂ ਬਣਨਾ, ਇਹ ਆਪਣੀ ਮਰਜ਼ੀ ਨਾਲ ਆਪਣੇ ਸ਼ੇਅਰ ਨੂੰ ਜੋ ਮਰਜ਼ੀ ਕਰੇ, ਜਿੱਥੇ ਮਰਜ਼ੀ ਲਗਾਏ, ਗੁਰਦੁਆਰੇ ਲਗਾਏ, ਮੰਦਰ ਲਗਾਏ, ਜੋ ਮਰਜ਼ੀ ਕਰੇ, ਦੈਟਸ ਆਰ ਮਨੀ। ਠੀਕ ਹੈ, ਵੈਸੇ ਸਾਰਿਆਂ ਦੇ ਵਾਸਤੇ ਵੀ ਦੱਸਦਾ ਕਿ 3 ਸਾਲ ਤੋਂ ਜਦੋਂ ਦੀ ਡੈਥ ਹੋਈ ਹੈ, 4 ਚੱਕਰ ਕਹਿੰਦੇ ਮੈਂ ਲਗਾ ਚੁੱਕੀ ਹਾਂ, 2-2 ਮਹੀਨੇ ਰਹਿੰਦੇ ਆ, ਉਹ ਰਵੱਈਆ ਉਹਨਾਂ ਦਾ ਸੇਮ ਹੈ ਜਦੋਂ ਹਸਬੈਂਡ ਨਾਲ ਜਾਂਦੇ ਸੀ, ਉਨਾ ਹੀ ਖਾਤਰ ਕਰਦੇ ਨੇ। ਪਰ ਉਹ ਮੰਗਿਆ ਨਹੀਂ ਨਾ ਰਿੰਜ ਜੀ, ਅਜੇ ਮੰਗੇ ਨਾ, ਆਪਣਾ ਜਿਸ ਨੇ ਸ਼ੇਅਰ ਮੰਗੇ ਕਿ ਫਿਰ ਪਤਾ ਚੱਲੇਗਾ। ਮੈਂ ਤੁਹਾਨੂੰ ਇੱਕ ਉਦਾਹਰਨ ਦਿੰਦੀ ਹਾਂ, ਇੱਥੇ ਮੈਂ ਕਿਸੇ ਨੂੰ ਜਾਣਨੀ ਆ, ਉਹ ਲੜਕੀ ਵਿਡੋ ਹੋ ਗਈ, ਉਹਦੇ 2 ਬੱਚੇ ਨੇ, ਉਹਦੇ ਜੇਠ ਨੇ ਕੀ ਕੀਤਾ, ਕਿਉਂਕਿ ਉਹ ਜਿਹੜੀ ਜਾਇਦਾਦ ਸੀ ਨਾਨੀ ਦੀ ਸੀ, ਇਹਨਾਂ ਇਸਦੇ ਹਸਬੈਂਡ ਦੇ ਤੇ ਉਸ ਜੇਠ ਦੀ, ਉਹਨੇ ਬਰੀਕ, ਚੰਡੀਗੜ੍ਹ ਦੇ ਰਹਿਣ ਵਾਲੇ ਨੇ, ਉਹਨੇ ਬਰੀਕ ਅਖਬਾਰ ਦੇ ਵਿੱਚ ਕਰਵਾ ਦਿੱਤਾ ਕਿ ਮੈਂ ਜਾਇਦਾਦ ਵੇਚ ਰਿਹਾ ਤੇ ਕਿਸੇ ਨੂੰ ਕੋਈ ਰਾਸਤੇ ਨਹੀਂ ਹੈ। ਜਿਹੜੀ ਇੱਥੇ ਬੈਠੀ ਉਹਨੇ ਤੇ ਉਹ ਅਖਬਾਰ ਪੜ੍ਹਿਆ ਨਹੀਂ ਹੈ, ਉਹਨੂੰ ਪਤਾ ਹੀ ਨਹੀਂ ਚੱਲਿਆ, ਉਹਨੂੰ ਤਾਂ ਪਤਾ ਚੱਲਿਆ ਜਾ ਕੇ ਉੱਥੇ ਕਿ ਉੱਥੇ ਕਰੋੜਾਂ ਦੀ ਜਾਇਦਾਦ ਵਿਕ ਗਈ ਔਰ ਉਹਨੇ ਆਪਣੇ ਕੋਲ ਰੱਖ ਲਿਆ। ਹੁਣ ਇਹ ਜਦ ਮੰਗਦੀ ਹੈ ਕਦੀ $500, ਕਦੀ 1000, ਇੰਜ ਤੇ ਕੰਮ ਨਹੀਂ ਨਾ ਬਣਨਾ, ਲੇਕਿਨ ਉਹ 6 ਦਿਨ ਚ ਤਿਆਰ ਹੀ ਨਹੀਂ ਹੈ। ਇਹ ਸੱਚਾਈ ਗੱਲ ਹੈ, ਮੈਂ ਤੁਹਾਨੂੰ ਦੱਸ ਰਹੀ ਹਾਂ, ਬਹੁਤ ਨਜ਼ਦੀਕੀ ਬੰਦਾ ਜਿਹਨੂੰ ਮੈਂ ਜਾਣਨੀ ਹੈ। ਬਹੁਤ ਵਧੀਆ ਸੁਦਰਸ਼ਨ ਜੀ, ਥੈਂਕ ਯੂ ਸੋ ਮੱਚ। ਸੋ ਆਪਣੀ ਚੀਜ਼ ਹੱਥ ਵਿੱਚ ਲੈ ਲੈਣਾ, ਇਹ ਸੁਦਰਸ਼ਨ ਜੀ ਦੀ رائے ਹੈ। ਲੈਟਸ ਸੀ ਹੋਰ ਕੀ ਕਹਿ ਰਹੇ ਨੇ। ਹੈਲੋ, ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਅਰਵਿੰਦ ਜੀ, ਮੈਂ ਸਰਜੀਤ ਬੋਲਦੀ ਆ। ਹਾਂਜੀ ਸੁਜੀ ਜੀ, ਦੱਸੋ ਕੀ ਕਹਿੰਦੇ ਹੋ। ਹਾਂਜੀ, ਮੇਰਾ ਵਿਚਾਰ ਜਿਹੜਾ ਆ ਨਾ, ਉਹ ਭੈਣ ਜੀ ਸੁਦਰਸ਼ਨ ਨਾਲੋਂ ਥੋੜਾ ਉਲਟ ਹੈ ਥੋੜਾ ਕ। ਓਕੇ, ਠੀਕ ਹੈ। ਹਾਂਜੀ, ਕਿਉਂਕਿ ਮੈਂ ਇਹ ਵੇਖਿਆ ਆਪਣੇ ਘਰ ਵਿੱਚ ਵੀ ਜੀ, ਦੇਖੋ ਜਦੋਂ ਆਪਣੇ ਕੋਲ ਪ੍ਰੋਪਰਟੀ ਹੁੰਦੀ ਹੈ ਇੰਡੀਆ ਦੇ ਵਿੱਚ, ਤੇ ਉਹ ਜਿਹੜੇ ਬਾਕੀ ਪਿੱਛੇ ਰਹਿ ਜਾਂਦੇ ਉਹ ਫਿਰ ਉਹਨਾਂ ਦਾ ਇਸ ਤਰ੍ਹਾਂ ਹੁੰਦਾ ਵੀ ਅਸੀਂ ਇਹ ਪ੍ਰੋਪਰਟੀ ਸਾਡੀ ਆ, ਤੇ ਜਿੰਨਾ ਚਿਰ ਆਓ ਜਾਓ ਮਾੜਾ ਮੋਟਾ ਹੱਸ ਕੇ ਬੁਲਾ ਲਓ, ਚਲੋ ਠੀਕ ਹੈ, ਫਿਰ ਬਾਅਦ ਵਿੱਚ ਜਦੋਂ ਭਰਾਵਾਂ ਨਹੀਂ ਤਿੰਨੇ ਰਹਿੰਦੇ, ਉਦੋਂ ਫਿਰ ਬੱਚੇ ਜਿਹੜੇ ਆ ਉਹ ਅਲੱਗ ਹੋ ਜਾਂਦੇ ਆ, ਵੀ ਸਮੇਂ ਚ ਪਤਾ ਹੀ ਨੀ ਵੀ ਚਾਚੀ ਕੌਣ ਆ ਤਾਈ ਕੌਣ ਆ। ਓਕੇ, ਸੋ ਕੀ ਕਰਨਾ ਚਾਹੀਦਾ ਹੈ? ਗਈ ਆ ਮੈਂ 2-3 ਵਾਰ ਗਈ ਆ ਉੱਥੇ, ਪਰ ਮੈਨੂੰ ਤੇ ਪਤਾ ਹੀ ਨਹੀਂ ਲੱਗਦਾ ਵੀ ਸਾਡਾ ਘਰ ਉਹ ਆ ਜਾਂ ਕੋਈ ਹੋਰ ਆ, ਸਭ ਢਾ ਢੂ ਕੇ, ਤੇ ਇਹਨਾਂ ਬਾਅਦ ਚ ਪਤਾ ਲੱਗਾ ਵੀ ਇਹਨਾਂ ਨੇ ਘਰ ਵੇਚ ਦਿੱਤਾ ਬੱਚਿਆਂ ਨੇ, ਸਿਰਫ ਘਰ ਹੀ ਸੀ, ਬਾਕੀ ਜ਼ਮੀਨ ਵੀ ਥੋੜੀ ਬੁੱਤੀ ਹੈਗੀ ਸੀ ਵੀ ਉਹ ਵੀ। ਸੋ ਹੁਣ ਇਹਨਾਂ ਨੂੰ ਕੀ ਕਰਨਾ ਚਾਹੀਦਾ ਸੁਜੀ ਜੀ? ਹਾਂਜੀ, ਇਹਨਾਂ ਨੂੰ ਕੀ ਕਰਨਾ ਚਾਹੀਦਾ, ਤੁਸੀਂ ਕੀ ਸੁਜੈਸਟ ਕਰ ਰਹੇ ਹੋ? ਮੇਰੇ ਤੇ ਅੰਦਾਜ਼ ਤੇ ਇਹੋ ਹੀ ਆ ਵੀ ਜਾਣ ਉੱਥੇ ਪਿਆਰ ਨਾਲ ਰਹਿਣ, ਬੱਚੇ ਜੇ ਪ੍ਰੋਪਰਟੀ ਜਦੋਂ ਹੀ ਉਹਨਾਂ ਨਾਂ ਲੈ ਰਿਹਾ ਉਦੋਂ ਉਹਨਾਂ ਦੇ ਤੇਵਰ ਜਿਹੜੇ ਬਦਲ ਜਾਣੇ ਆ। ਮੈਂ ਤੇ ਇਹ ਕਰ ਰਹੀ। ਸੋ ਡਰਦੇ ਹੋ ਕਿ ਤੇਵਰ ਬਦਲ ਜਾਣੇ ਤੇ ਜੋ ਕੁਝ ਹਲੇ ਪਰਿਵਾਰ ਹੈਗਾ ਕੋਲ ਔਰ ਜਿੰਨਾ ਆ ਰਿਹਾ ਉਹ ਵੀ ਚਲਾ ਜਾਏ? ਉਹਨਾਂ ਦੇ ਬ੍ਰਦਰ ਲਾ ਹੈਗੇ ਆ ਤੇ ਫਿਰ ਸ਼ਾਇਦ ਥੋੜੀ ਬੁੱਤੀ ਹਿੰਮਤ ਕਰਨ ਉਹ, ਬਾਕੀ ਜਿਹੜੇ ਬੱਚੇ ਆ ਉਹ ਨਹੀਂ ਕੁਛ ਵੀ ਕਹਿ, ਉਹ ਬੱਚੇ ਤੇ ਪਹਿਲਾਂ ਹੜਾਪੇ ਕੀਤਾ ਹੁੰਦਾ ਵੀ ਚੰਗਾ ਹੋ ਗਿਆ ਚਲੋ ਗਏ ਆ ਤਿੰਨੇ ਤੇ ਕੰਮ ਨਿਬੜਿਆ। ਠੀਕ ਹੈ, ਠੀਕ ਠੀਕ ਹੈ ਸੁਜੀ ਜੀ, ਇਹੋ ਕਹੂੰਗੀ ਵੀ ਆਰਾਮ ਨਾਲ ਜਿਹੜੇ 4 ਦਿਨ ਕੱਟੀਆਂ ਬੜੇ ਵਧੀਆ ਕੱਟੀਆਂ, ਆਪਣੇ ਹੱਥ ਖੇਡ ਕੇ ਆਉਂ ਬੱਚਿਆਂ ਦੇ ਨਾਲ, ਚੰਗੀ ਗੱਲ ਆ। ਠੀਕ ਹੈ ਸੁਜੀਤ ਜੀ, ਲੈਟਸ ਸੀ ਹੋਰ ਵੀ ਕੁਝ ਧਿਆਨ ਆਏ ਤੇ ਜ਼ਰੂਰ ਕਹੋ, ਕਿਉਂਕਿ ਇਹ ਜਿਹੜਾ ਕਨਫਲਿਕਟ ਜਿਹੜਾ ਨਾ ਲੱਗਦਾ ਕਿ ਉੱਥੇ ਹੀ ਖੜਾ ਹੈ ਕਿ ਇੱਕ ਤੇ ਪਾਸੇ ਇਹ ਪਰਿਵਾਰ ਹੈ, ਉਹਨਾਂ ਦੇ ਬੱਚੇ ਹੈ, ਚਲੋ ਆਪਣੇ ਹੀ ਪਰਿਵਾਰ ਵਾਂਗੂ ਤੁਸੀਂ ਮਹਿਸੂਸ ਕਰਦੇ ਹੋ, ਔਰ ਉਸੀ ਸਾਈਡ ਦੀ ਉਹਦੇ ਵਿੱਚ ਪਲੜੇ 'ਚ ਇਹ ਵੀ ਹੈ ਕਿ ਹਾਂਜੀ ਆਪਣਾ ਬੱਚਾ ਨਹੀਂ ਹੈ, ਆਪਣਾ ਜੋ ਰਹਿਣਾ ਕਿੰਨਾ ਕੁ ਚਾਹੀਦਾ, ਆਲ ਪੇਡ ਘਰ ਦੇ ਵਿੱਚ ਰਹਿ ਰਹੇ ਹੈ, ਬਟ ਫਿਰ ਇਹ ਕਿ ਆਪਣੀ ਚੀਜ਼ ਹੈ ਅਤੇ ਆਪਣੇ ਹੱਥ 'ਚ ਹੋਏਗੀ ਤਾਂ ਬੈਟਰ ਹੈ, ਕਿਉਂਕਿ ਕੱਲ੍ਹ ਫਿਰ ਦੁੱਖ ਹੋਏਗਾ ਜੇ ਯੂ ਨੋ ਹੁਣ ਬ੍ਰਦਰ, ਜਿਵੇਂ ਇਹਨਾਂ ਨੇ ਵੀ ਕਿਹਾ ਬ੍ਰਦਰ ਲਾਜ਼ ਹੈਗੇ ਹੈ ਅਤੇ ਉਹਨਾਂ ਦੇ ਹੁੰਦੇ ਹੁੰਦੇ ਜੋ ਹੋ ਜਾਏ ਤਾਂ ਵਧੀਆ। ਸੋ ਲੈਟ ਸੀ ਹੋਰ ਕੀ ਕਹਿ ਰਹੇ ਨੇ, ਇਹਨਾਂ ਨੂੰ ਪੁੱਛਦੇ ਹਾਂ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਹੈਲੋ, ਮੈਨੂੰ ਆਵਾਜ਼ ਨਹੀਂ ਆ ਰਹੀ, ਪਲੀਜ਼ ਧਿਆਨ ਦਿਓ ਫੋਨ ਵੱਲ, ਮੈਂ ਹੋਰ ਕਾਲ ਲੈਂਦੀ ਹਾਂ ਨਹੀਂ ਦੇਰ। ਹੈਲੋ,
ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਹਾਂਜੀ ਨਸੀਬ ਜੀ ਕੀ ਕਹਿੰਦੇ ਹੋ ਪਤਾ ਕੀ ਆ ਹਾਂਜੀ ਮੈਂ ਇਹ ਦੁਨੀ ਗੱਲ ਆ ਵੀ ਜਿਹੜੀ ਇਹ ਪੈਲੀ ਆ ਨਾ ਹਾਂਜੀ ਪੈਲੀਆਂ ਪਿੱਛੇ ਤਾਂ ਸਕੇ ਭਰਾਵਾਂ ਨੂੰ ਭਰਾ ਮਾਰੀ ਜਾਂਦੇ ਆ ਅੱਜ ਕੱਲ ਜਿਹੜੇ ਬਾਹਰਲੇ ਜਾਂਦੇ ਉਹਨਾਂ ਨਾਲ ਬਹੁਤ ਹੈਪਨ ਹੋਏ ਆ ਹਾਂਜੀ ਨਸੀਬ ਜੀ ਪਰ ਇੱਥੇ ਲੱਗਦਾ ਹੈ ਕਿ ਬਿਜ਼ਨਸ ਵਿੱਚ ਹੈ ਇਹਨਾਂ ਦਾ ਹਿੱਸਾ ਹੈ ਤੇ ਪ੍ਰਾਪਰਟੀ 'ਚ ਵੀ ਹੈ ਔਰ ਬੜਾ ਵੱਡਾ ਸ਼ਹਿਰ ਹੈ ਬੜੀ ਹੈ ਹਿੱਸਾ ਹਾਂਜੀ ਉਹਨਾਂ ਨੇ ਨਹੀਂ ਦੇਣਾ ਪਰ ਬਿਜ਼ਨਸ ਚਲਾ ਤੇ ਉਹ ਹੀ ਰਹੇ ਹੈ ਨਾ ਨਹੀਂ ਨਹੀਂ ਚਲਾ ਤਾਂ ਉਹ ਰਹੇ ਉਹਨਾਂ ਦੇਣਾ ਨਹੀਂ ਇਹ ਜ਼ਬਰਦਸਤੀ ਐ ਕਰੇ ਇਹ ਇਕੱਲੀ ਕਿਉਂ ਰਹੇ ਜੇ ਤਾਂ ਖੂਨ ਦਾ ਰਿਸ਼ਤਾ ਕੋਈ ਹੈਗਾ ਹੈ ਨਾ ਹਾਂਜੀ ਇਹਦਾ ਭਤੀਜਾ ਕੋਈ ਭਰਾ ਦਾ ਬੇਟਾ ਹੈਗਾ ਹਾਂਜੀ ਜਾਂ ਬੇਟੀ ਆ ਇਹ ਉਹਨੂੰ ਅਡਾਪਟ ਕਰੇ खून दे रस्ते नूं देवे जिहड़े हुंदे ना हसबैंड दे गां जेठ दे मुंडे ਉਹ ਕਦੇ ਨਹੀਂ ਸੋਚਣਗੇ ਵੀ ਸਾਡੀ ਤਾਈ ਆਈ ਹੈ ਤੇ ਅਸੀਂ ਇਹਦੀ ਸੇਵਾ ਕਰੀਏ ਉਹ ਤਾਂ ਜੇਠ ਵਿਚਾਰੇ ਕਰ ਰਹੇ ਆ ਜਾਂ ਪਤਾ ਨਹੀਂ ਮੈਨੂੰ ਤਾਂ ਕੇਵਲ ਸਵਾਲ ਤੇ ਪਰ ਜਿਹੜਾ ਇਹਦਾ ਆਪ ਦਾ ਕੋਈ ਭਾਣਜਾ ਭਤੀਜਾ ਭਤੀਜੀ ਕੋਈ ਵੀ ਹੈ ਦੁਨੀਆਂ ਅੱਜ ਕੱਲ੍ਹ ਐਂ ਕਰਦੀ ਆ ਉਹ ਖੂਨ ਦੇ ਰਿਸ਼ਤੇ ਦੇ ਨਾਂ ਕਰਾ ਦੇਵੇ ਤੇ ਉਹ ਟੇਕ ਕੇਅਰ ਕਰੂਗਾ ਵੀ ਮੈਨੂੰ ਮਤਲਬ ਇਹਨੂੰ ਦਿਓ ਮੇਰਾ ਹਿੱਸਾ ਉਹ ਅੱਗੇ ਇਹਨੂੰ ਉਹ ਦੇਊਗਾ ਰੱਖੂਗਾ ਨਹੀਂ ਉਹਨੂੰ ਵਿਆਹ ਲਵੇ ਉਹਨੂੰ ਇੱਥੇ ਲਿਆਵੇ ਉਹਨੂੰ ਉੱਤੇ ਰੱਖ ਲਵੇ ਆਪਦਾ ਘਰ ਵੰਡ ਲਵੇ ਆਖੇ ਵੀ ਮੈਂ ਇਹ ਇਹਨੂੰ ਇਹਨੂੰ ਵਿੱਚੋਂ ਹਿੱਸਾ ਦਿੰਦੀ ਆ ਉਹਨੂੰ ਇਹਨੂੰ ਦੁੱਖ ਨਹੀਂ ਹੋਊਗਾ ਫਿਰ ਕੋਈ ਵੀ खून का रिश्ता आपने चाहती है जो प्यार कर दी तो एक भतीजा भाणजा भतीजी उन्होंने कह दे भी मैं इन रखनी है बहुत लोग ने किया बराड साडे रहिंदे सी बागे पुराने उन्हें आपके वो नहीं दिता किसी भी आपके भतीजे छड़ते ਉਹੀ ਜ਼ਮੀਨ ਸਾਂਭਦੇ ਉਹੀ ਸਭ ਕੁਝ ਉਹੀ ਗਿਆ ਵੀ ਆਗਿਆ ਭਾਗਿਆ ਕਰਦੇ ਆ ਉਹਨਾਂ ਤੋਂ ਖਤਰਾ ਵੀ ਕੋਈ ਨਹੀਂ ਹੁੰਦਾ ਜਿਹੜਾ ਆਪਦਾ ਖੂਨ ਦਾ ਰਿਸ਼ਤਾ ਹੁੰਦਾ ਉਹ ਤੋਂ ਖਤਰਾ ਨਹੀਂ ਹੁੰਦਾ ਜਾਨ ਨੂੰ ਇਹ ਆਪਦੀ ਜਾਨ ਬਚਾਵੇ ਧੀਜੇ ਨਾ ਕਿਸੇ ਤੇ ਅੱਜ ਕੱਲ੍ਹ ਜਦੋਂ ਜਾਂਦੇ ਆ ਨਾ ਬਾਹਰਲੇ ਉਹਨਾਂ ਨੂੰ ਤਾਂ ਕਈ ਤਾਂ ਦਿੱਲੀ ਤੋਂ ਜਾਂਦੇ ਲਿਆਂਦੇ ਨੂੰ ਪੈਲੀਆਂ ਪਿੱਛੇ ਮਾਰੇ ਵੀ ਪੈਲੀ ਨਾ ਲੈ ਲਵੇ ਕੋਈ ਪ੍ਰਾਪਰਟੀ ਦਾ ਮੰਗ ਲਵੇ ਹਿੱਸਾ ਨਾ ਉਹਨਾਂ ਨੂੰ ਮਾਰ ਮੁਕਾ ਦਿੰਦੇ ਕਰਨਾ ਕੀ ਹੈ ਜਾ ਕੇ ਇਹੋ ਜਿਹਾ ਮੁਲਕ ਛੱਡ ਕੇ ਅਮਰੀਕਾ ਜਾਂ ਕੈਨੇਡਾ ਜਿੱਥੇ ਵੀ ਜਾਵੇ ਨਾ ਕੱਟ ਜਾਵੇ ਹੁਣ ਉਹਦਾ ਇੰਡੀਆ ਦਾ ਪਿਆਰ ਛੱਡੇ ਕੋਈ ਬੰਦਾ ਰੱਖੇ ਉੱਤੇ ਦਾ ਆਪਦੇ ਰਿਸ਼ਤੇਦਾਰ ਅੱਡ ਵਾਹਿਗੁਰੂ ਠੀਕ ਹੈ ਨਸੀਬ ਜੀ ਲੈਟਸ ਸੀ ਹੋਰ ਸਾਰੇ ਕੀ ਕਹਿੰਦੇ ਆ ਤੁਸੀਂ ਵੀ ਪੂਰੀ ਗੱਲ ਸੁਣੋ ਉਹਨਾਂ ਨਾਲ ਵੀ ਮੇਰੀ ਬ੍ਰੇਕ 'ਚ ਗੱਲ ਹੋਏਗੀ ਹੁਣੇ ਸੋ ਜ਼ਰੂਰ ਤੁਸੀਂ ਪੂਰੀ ਗੱਲ ਸੁਣੋ ਅਤੇ ਅੱਗੇ ਅੱਗੇ ਜੋ ਸੋਚਦੇ ਹੋ ਜ਼ਰੂਰ ਸ਼ਾਮਿਲ ਹੋਵੋ ਲੈਣੀ ਇੱਕ ਛੋਟੀ ਜਿਹੀ ਬ੍ਰੇਕ ਸਾਰਿਆਂ ਦਾ ਫਿਰ ਸਵਾਗਤ ਹੈ ਕੁਇਕਲੀ ਕਿ ਅਸੀਂ ਕਿਹਦੇ ਬਾਰੇ ਗੱਲ ਕਰ ਰਹੇ ਹਾਂ ਅੱਜ ਜਿਨ੍ਹਾਂ ਨੇ ਥੋੜ੍ਹਾ ਬਾਏ ਚਾਂਸ ਲੇਟ ਜੁਆਇਨ ਕੀਤਾ ਹੋਏ ਜਿਹੜੀ ਲੇਡੀ ਸਾਡੇ ਨਾਲ ਗੱਲ ਕਰ ਰਹੇ ਨੇ ਉਹ ਕਹਿ ਰਹੇ ਨੇ ਕਿ ਹਸਬੈਂਡ ਦੀ ਡੈਥ ਹੋ ਗਈ 3 ਸਾਲ ਪਹਿਲੇ ਮੈਸਿਵ ਸਟ੍ਰੋਕ ਦੇ ਰਾਹੀਂ ਐਂਡ ਹਸਬੈਂਡ ਦੀ ਪ੍ਰੋਪਰਟੀ ਅਤੇ ਬਿਜ਼ਨਸ ਦੇ ਵਿੱਚ ਹਿੱਸਾ ਹੈਗਾ ਇੰਡੀਆ ਦੇ ਵਿੱਚ ਉਹਦੇ 2 ਬ੍ਰਦਰਸ ਸੰਭਾਲੇ ਹੋਏ ਹੈ ਬਹੁਤ ਧਿਆਨ ਰੱਖਦੇ ਨੇ ਡੈਥ ਤੋਂ ਪਹਿਲੇ ਇਹਨਾਂ ਦਾ ਇਹੀ ਰਿਕੁਐਸਟ ਸੀ ਕਿ ਉਹ ਆਪਣਾ ਹਿੱਸਾ ਮੰਗ ਲਓ ਉਹ ਨਹੀਂ ਕਹਿ ਸਕੇ ਔਰ ਕਹਿਣਾ ਨਹੀਂ ਚਾਹੁੰਦੇ ਸੀ ਪਰ ਹੁਣ ਇੱਕ ਆਲ ਪੇਡ ਅਪਾਰਟਮੈਂਟ 'ਚ ਰਹਿੰਦੇ ਨੇ ਬੱਚਾ ਕੋਈ ਨਹੀਂ ਹੈ ਬਟ ਇਹੀ ਜਦੋਂ ਜਾਂਦੇ ਨੇ ਬੜੀ ਸੇਵਾ ਆਉਂਦੀ ਹੈ ਜੋ ਕਹਿੰਦੇ ਨੇ ਲੈ ਲੈਂਦੇ ਨੇ ਪਰ ਇਹੀ ਸੋਚ ਰਹੇ ਨੇ ਕਿ ਆਪਣੇ ਹੱਥ ਵਿੱਚ ਆਪਣਾ ਹਿੱਸਾ ਲੈ ਲੈਣਾ ਬੈਟਰ ਹੈ ਕਿ ਫੈਮਿਲੀ ਨਾਲ ਮੇਨਟੇਨ ਰਿਲੇਸ਼ਨਸ਼ਿਪ ਰੱਖਣਾ ਬੈਟਰ ਹੈ ਕਿਉਂਕਿ ਇਹ ਤਾਂ ਇਹਨਾਂ ਨੂੰ ਲੱਗ ਰਿਹਾ ਕਿ ਜੇ ਮੰਗਣਗੇ ਤਾਂ ਸ਼ਾਇਦ ਰਿਸ਼ਤਾ ਖਤਮ ਹੋ ਜਾਏਗਾ ਕਿਸੇ ਨੇ ਸੁਜੈਸਟ ਕੀਤਾ ਸੀ ਨੀਸ ਜਾਂ ਨੈਫਿਊ ਜੋ ਵੀ ਆਪਣੇ ਬਲੱਡ ਰਿਲੇਸ਼ਨ 'ਚੋਂ ਕਿਸ ਨੂੰ ਉਹਨਾਂ ਨੇ ਬ੍ਰੇਕ ਦੇ ਵਿੱਚ ਇਹ ਦੱਸਿਆ ਕਹਿੰਦੇ ਨੇ ਕਿ ਇੱਕ ਭੈਣ ਹੈ ਇੱਕ ਇਹਨਾਂ ਦਾ ਭਰਾ ਹੈ ਭੈਣ ਵਿਆਹੀ ਹੋਈ ਹੈ ਭਰਾ ਨਿਖੱਟੂ ਜਿਹਾ ਹੈਗਾ ਐਂਡ ਸਾਰੇ ਹੀ ਇਹਨਾਂ ਨੂੰ ਲੱਗਦਾ ਹੈ ਕਿ ਲਾਲਚੀ ਨੇ ਇਹ ਕਹਿੰਦੇ ਨੇ ਮੈਂ ਜਦੋਂ ਉੱਥੇ ਜਾਂਦੀ ਹਾਂ ਮੈਂ ਬੜਾ ਪੈਸਾ ਖਰਚਦੀ ਹਾਂ ਆਪਣੇ ਯੂਨੋ ਰਿਸ਼ਤੇਦਾਰਾਂ 'ਤੇ ਪਰ ਉਹਨਾਂ ਵੱਲ ਉਹਨਾਂ 'ਤੇ ਇਹਨਾਂ ਨੂੰ ਪੂਰਾ ਇਤਬਾਰ ਨਹੀਂ ਹੈ ਕਿ ਮੈਂ ਉੱਥੋਂ ਲੈ ਕੇ ਇਹਨਾਂ ਨੂੰ ਦੇ ਦਾਂ ਕਿਉਂਕਿ ਉਹਨਾਂ ਦਾ ਲਾਲਚ ਔਰ ਉਹ ਰਿਲੇਸ਼ਨਸ਼ਿਪ ਕਾਫੀ ਪੈਸੇ ਦੇ ਕਰਕੇ ਹੈ ਦੈਟਸ ਵਟ ਸ਼ੀ ਸੇਇੰਗ ਇਹੀ ਦੱਸ ਰਹੇ ਨੇ ਸੋ ਕੀ ਕਹਿੰਦੇ ਹੋ ਪਲੀਜ਼ ਜ਼ਰੂਰ ਦੱਸੋ ਇਹਨਾਂ ਨੂੰ ਪੁੱਛਦੇ ਹਾਂ ਕੀ ਕਹਿ ਰਹੇ ਨੇ ਹੈਲੋ
हेलो हां जी सुरिंदर जी सत श्री अकाल दसो की कहंदे हो मैं मेरा मानना हैगा कि इना दी प्रॉपर्टी हैगी ठीक हैगा सारा कुछ हैगा ये जानदे नहीं इना दी रिस्पेक्ट भी करदे ने वो भी सही है ਹੁਣ ਇਹਨਾਂ ਦੇ ਹਸਬੰਡ ਹੈ ਨਹੀਂ ਇਹ ਜਾਂਦੇ ਨੇ ਫਿਰ ਵੀ ਤੁਸੀਂ ਕਹਿ ਰਹੇ ਹੋ ਕਿ ਉਦਾਂ ਹੀ ਸਹੀ ਰਹਿੰਦਾ ਹਾਂਜੀ ਹਾਂਜੀ ਜੀ ਜੀ ਲੇਕਿਨ ਜਦੋਂ ਇਹਨਾਂ ਨੇ ਆਪਣਾ ਹਿੱਸਾ ਮੰਗਣਾ ਹੈ ਨਾ ਉੱਥੇ ਪ੍ਰੋਬਲਮ ਆਣੀ ਹੈ ਇਹਨਾਂ ਨੂੰ ਓਕੇ ਕਿਉਂਕਿ ਅਗਰ ਇਹ ਮੰਗਦੇ ਆ ਦੇਣਾ ਉਹਨਾਂ ਨੇ ਹੈ ਨਹੀਂ ਇਹਨੂੰ ਫਿਰ ਕੀ ਕਰਨ ਹੁਣ ਫਿਰ ਇਹ ਕਰਨ ਕਿ ਮੰਗਣਾ ਮੰਗ ਵੀ ਸਕਣ ਪਰ ਉਹਨਾਂ ਨੇ ਨਹੀਂ ਦੇਣਾ ਕਿਉਂਕਿ ਅੱਜ ਕੱਲ੍ਹ ਬਹੁਤ ਕੁਛ ਉੱਥੇ ਚੱਲ ਰਿਹਾ ਹੈ ਕਿ ਕੁਛ ਵੀ ਕਰ ਲੈਣ ਇਹਨਾਂ ਨੂੰ ਨਹੀਂ ਮਿਲਣਾ ਹੈਗਾ ਹੁਣ ਮਤਲਬ ਇਹੀ ਆ ਕਿ ਉਹ ਗਵਾ ਚੁੱਕੇ ਨੇ ਸਾਰਾ ਕੁਛ ਕਹਿੰਦੇ ਨੇ ਕਿ ਪੇਪਰ ਲਿਖਤੀ ਵੀ ਹੈਗਾ ਇਹਨਾਂ ਕੋਲ ਸਾਰਾ ਇਹਨਾਂ ਕੋਲ ਲਿਖਤ ਵਿੱਚ ਵੀ ਹੈਗਾ ਕਿ ਇਹਨਾਂ ਦਾ ਹਿੱਸਾ ਹੈਗਾ ਪਰ ਅਗਰ ਲਿਖਤ ਵਿੱਚ ਇਹਨਾਂ ਕੋਲ ਹੈਗਾ ਨਾ ਤੇ ਉੱਥੇ ਜਿਵੇਂ ਕਿ ਕਈ ਵਾਰੀ ਟੀਵੀ ਤੇ ਐਡ ਦਿੰਦੇ ਨੇ ਕੋਈ ਹੈਗੇ ਨੇ ਕਿ ਜਿਹੜੇ ਲੋਕੀ ਪ੍ਰਾਪਰਟੀਆਂ ਉਹ ਜਿਹਦਾ ਪਿੱਛੇ ਰਹਿੰਦਾ ਉਹ ਸੰਭਾਲਦਾ ਤੇ ਉਹ ਟੇਕ ਕਰ ਨਹੀਂ ਕਰਦੇ ਆ ਜੇ ਕਰਦਾ ਤੇ ਇਹਨਾਂ ਨੂੰ ਨਹੀਂ ਹਿੱਸਾ ਦੇ ਰਿਹਾ ਪਹਿਲਾਂ ਐਕਸਪਰਟ ਨੂੰ ਹਾਇਰ ਕਰਨ ਤੁਹਾਡਾ ਮਤਲਬ ਹੈ ਕਿਸੇ ਐਕਸਪਰਟ ਨੂੰ ਹਾਇਰ ਕਰਨ ਹਾਇਰ ਕਰਨ ਪਹਿਲਾਂ ਹੀ ਮੰਗ ਕੇ ਦੇਖਣ ਕੀ ਕਹਿੰਦੇ ਨੇ ਅਗਰ ਦਿੰਦੇ ਫਿਰ ਤਾਂ ਠੀਕ ਹੈਗਾ ਅਗਰ ਨਹੀਂ ਦਿੰਦੇ ਫਿਰ ਇਹਨਾਂ ਨੂੰ ਹੈਲਪ ਲੈਣੀ ਚਾਹੀਦੀ ਆ ਉੱਥੋਂ ਪਰ ਤੁਹਾਨੂੰ ਲੱਗਦਾ ਕਿ ਮੰਗ ਲੈਣਾ ਚਾਹੀਦਾ ਮੈਨੂੰ ਲੱਗਦਾ ਮੰਗ ਲੈਣਾ ਚਾਹੀਦਾ ਕਿਉਂਕਿ ਜਿੰਨਾ ਚਿਰ ਇਹਨੇ ਬ੍ਰਦਰ ਇਨ ਲਾ ਹੈਗੇ ਨੇ ਸਾਰਾ ਕੁਝ ਠੀਕ ਹੁੰਦਾ ਉਸ ਤੇ ਬਾਅਦ ਵਿੱਚ ਜਿਵੇਂ ਕਿ ਸਾਰੇ ਕਹਿ ਰਹੇ ਨੇ ਬੱਚਿਆਂ ਦੀਆਂ ਤੁਹਾਨੂੰ ਪਤਾ ਕਿ ਹਰ ਕਿਸੇ ਦੀ ਆਪਣੀ ਸੋਚ ਹੁੰਦੀ ਹੈ ਬੱਚੇ ਨੂੰ ਉਹਨਾਂ ਚੀਜ਼ਾਂ ਦਾ ਮਤਲਬ ਨਹੀਂ ਹੁੰਦਾ ਉਹਨਾਂ ਨੂੰ ਇਹ ਹੁੰਦਾ ਕਿ ਸਾਨੂੰ ਐਸ਼ ਕਰਨੇ ਨੂੰ ਮਿਲ ਰਿਹਾ ਸਾਰਾ ਕੁਝ ਠੀਕ ਹੈ ਸੁਰਿੰਦਰ ਜੀ ਹੋਰ ਦੇਖਦੇ ਆ ਕੀ ਕਹਿ ਰਹੇ ਆ ਪਲੀਜ਼ ਤੁਸੀਂ ਵੀ ਜੁਆਇਨ ਕਰੋ ਅਗਰ ਕੁਝ ਹੋਰ ਧਿਆਨ ਆਏ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਪਲੀਜ਼ ਸਾਰਿਆਂ ਨੂੰ ਰਿਕੁਐਸਟ ਹੈ ਜਿਵੇਂ ਹੀ ਤੁਹਾਡਾ ਫੋਨ ਮਿਲਦਾ ਫੋਨ ਵੱਲ ਧਿਆਨ ਦਿਆ ਕਰੋ ਹੈਲੋ ਪਲੀਜ਼ ਕਾਲ ਬੈਕ ਕਰੋ ਮੈਨੂੰ ਦੁਬਾਰਾ ਫੋਨ ਕਰੋ ਹੈਲੋ ਹਾਂਜੀ ਬੇਟਾ ਸਤਿ ਸ਼੍ਰੀ ਅਕਾਲ ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਦੱਸੋ ਆਂਟੀ ਜੀ ਆਂਟੀ ਜੀ ਤੇ ਹੀ ਕਵੇਗੀ ਉੱਥੇ ਕੋਈ ਹਾਲ ਨਹੀਂ ਕਲੇ ਦਾ ਖਾਲਸਾ ਹੈ ਜਿਹੜਾ ਉੱਥੇ ਬੈਠਾ ਉਹਦੀ ਪ੍ਰਾਪਤੀ ਉਹਦੇ ਬਿਜ਼ਨਸ ਉਹਦਾ ਹੀ ਸਭ ਕੁਛ ਹੈ ਜਦੋਂ ਆਪਾਂ ਛੱਡ ਕੇ ਇੱਥੇ ਆ ਜਾਂਦੇ ਹਾਂ ਤੇ ਆਪਾਂ ਭਾਵੇਂ ਸਕੇ ਭਰਾ ਆਪਣੇ ਭਤੀਜੇ ਨੇ ਕੋਈ ਨਹੀਂ ਜੇਗਾ ਇੱਥੋਂ ਮੁੰਡਾ ਵਿਆਹ ਕਰਾਉਣ ਗਿਆ ਇਕੱਲਾ ਇਕੱਲਾ ਤੇ ਵੇਖ ਲਾ ਉਹਦੀ ਬੜੀ ਜਦਾਸ ਸੀ ਪਟਿਆਲੇ ਕੋਠੀ ਕਾਠੀ ਸੱਕੇ ਮਾਸੀ ਦੇ ਮੁੰਡੇ ਨੇ ਇਕੱਲਾ ਹੀ ਸੀ ਵਿਚਾਰਾ ਮਾਸੀ ਦੇ ਮੁੰਡੇ ਦੋਸਤ ਲੈ ਕੇ ਮਾਰ ਕੇ ਸਾਰਾ ਕੁਝ ਕਬਜ਼ਾ ਕੀਤੀ ਬੈਠਾ ਜਦੋਂ ਇਹਨਾਂ ਦੇ ਹਸਬੈਂਡ ਚਲੇ ਗਏ ਨੇ ਤੇ ਉਹਨੇ ਆਖਿਆ ਹੰਸਾਂ ਦੀਆਂ ਥਾਵਾਂ ਮਲ ਗਏ ਕਾਵਾਂ ਉਹਨਾਂ ਨੇ ਆਪਣੀ ਬਿਜ਼ਨਸ ਚਲਾਏ ਨੇ ਉਹਨਾਂ ਨੇ ਖੇਤੀ ਸਾਂਭੀ ਉਹਨਾਂ ਸਭ ਕੁਝ ਲਿਆ ਹੈ ਇਹਨੂੰ ਜਾਂ ਤਾਂ ਹਸਬੈਂਡ ਵੰਡ ਕੇ ਕਲੀਅਰ ਕਰਕੇ ਇਹਨੂੰ ਦੇ ਜਾਂਦੇ ਤਾਂ ਇਹਨਾਂ ਇਹਦੀ ਪ੍ਰਾਪਤੀ ਸੀ ਉੱਥੇ ਅਸੀਂ ਤੇ ਸਾਡੇ ਏਰੀਏ 'ਚ ਅਸੀਂ ਬੜਾ ਕੁਛ ਵੇਖਿਆ ਅਸੀਂ ਆਪ ਡਰੇ ਹੋਏ ਹਾਂ ਇਕੱਲੇ ਹਾਂ 6 ਮਹੀਨੇ ਤੇਰੇ ਅੰਕਲ ਜੀ ਉੱਥੇ ਭੱਜ ਗਏ 6 ਮਹੀਨੇ ਇੱਥੇ ਰਹਿੰਦੇ ਨੇ ਕਿਵੇਂ ਵੇਚ ਗਏ ਸਾਡੇ ਬੰਦੇ ਵੀ ਜਿਹੜੇ ਨਾਲ ਬੈਠੇ ਨੇ ਉਹ ਵੀ ਇਹੋ ਜਿਹੇ ਨੇ ਅੱਛਾ ਦੂਜੀ ਗੱਲ ਮੈਂ ਕਹਾਂਗੀ ਇਹ ਜਾ ਕੇ ਨਾ ਜੇ ਇਹਨਾਂ ਦੇ ਪੇਪਰ ਲੈ ਜਾਣ ਹੁਣ ਰਿਸ਼ਤੇਦਾਰੀ ਨਹੀਂ ਰਹੀ ਉਹਨਾਂ ਉਹ ਤੁਸੀਂ ਕਹਿੰਦੇ ਨਾ ਬ੍ਰਦਰ ਹੈਗੇ ਨੇ ਉਹ ਆਪਣੇ ਬੱਚਿਆਂ ਦੇ ਦਰਦੀ ਨੇ ਕਿ ਇਹਦੇ ਬਣਨਗੇ ਉਹਨਾਂ ਨੂੰ ਚਾਹੀਦਾ ਸਾਨੂੰ ਸਾਰਾ ਕੁਝ ਮਿਲੇ ਸਾਡੇ ਪੁੱਤਰ ਦੀ ਜਦਾਦ ਬਣ ਜਾਏਗੀ ਇਹ ਤਾਂ ਜਾ ਕੇ ਪੇਪਰੀ ਕਾਰਵਾਈ ਕਰਕੇ ਪਹਿਲਾਂ ਮੰਗਣ ਪਿਆਰ ਨਾਲ ਵੀ ਮੇਰਾ ਹਿੱਸਾ ਤੁਸੀਂ ਮੈਨੂੰ ਦੇ ਦਿਓ ਨਹੀਂ ਤਾਂ ਤੁਸੀਂ ਮੈਨੂੰ ਪੈਸਾ ਦੇ ਦਿਓ ਤੁਸੀਂ ਰੱਖ ਲਓ ਸਾਰਾ ਕੁਝ ਮੈਂ ਜਾ ਕੇ ਜ਼ਮੀਨ ਲੈ ਕੇ ਕੀ ਕਰਨਾ ਜਾਂ ਮੈਂ ਬਿਜ਼ਨਸ ਚਲਾ ਕੇ ਕੀ ਕਰਨਾ ਮੈਨੂੰ ਜਦੋਂ ਇਹਨੇ ਪੈਸੇ ਮੰਗਣੇ ਨੇ ਫਿਰ ਇਹਨੂੰ ਵੇਖਣ ਦੋ ਕਿਹੜੇ ਰੰਗਾਂ 'ਚ ਬੋਲਦੇ ਨੇ ਤੇ ਫਿਰ ਆਪਣੀ ਪੇਪਰ ਕਾਰਵਾਈ ਕਰ ਲੈਣ ਗੁਰਪ੍ਰੀਤ ਦਾ ਉਹ ਹੈਗੀ ਤੁਹਾਡੀ ਪੰਜਾਬ ਦੇ ਵਿੱਚ ਲੁਧਿਆਣੇ ਹੁੰਦਾ ਆਫਿਸ ਹੈ ਉਹਦੇ ਨਾਲ ਗੱਲ ਕਰਨ ਉਹ ਇਹਦਾ ਕੋਈ ਨਾ ਕੋਈ ਮਸਲਾ ਹੱਲ ਕਰ ਦੇਗੀ ਪਹਿਲਾਂ ਪਿਆਰ ਨਾਲ ਮੰਗਣ ਇਹਦੇ ਪੈਰ ਵੀ ਧੋਣਗੇ ਤੱਤਾ ਪਾਣੀ ਲੈਣਗੇ ਤੌਲੀਏ ਨਾਲ ਪੂੰਝਣਗੇ ਗਈ ਨੂੰ ਪਰੌਂਠੇ ਵੀ ਖਾਣਗੇ ਕਿਉਂਕਿ ਜਿੰਨਾ ਮਰਜ਼ੀ ਕਰ ਲੈਣ ਉਹਨਾਂ ਨੂੰ ਪਤਾ ਜਦਾਦ ਸਾਡੇ ਕੋਲ ਹੈ ਕਦਰਾਂ ਤਾਂ ਕਰਦੇ ਨੇ ਅਗਲੀ ਇੱਜ਼ਤ ਮਾਨ ਬੜਾ ਕਰਦੇ ਸਾਡੇ ਕਿ ਆਦੇ ਪੈਰ ਧੋਪਦੇ ਨੇ ਹਨਾ ਬਾਕੀ ਗੱਲ ਇੱਕੋ ਹੈਗੀ ਪਹਿਲਾਂ ਤੇ ਉਹਨਾਂ ਨਾਲ ਪਿਆਰ ਨਾਲ ਗੱਲ ਕਰੇ ਵੀ ਜੋ ਹੈਗਾ ਹੈ ਤੁਸੀਂ ਮੈਨੂੰ ਦੇ ਦਿਓ ਹੁਣ ਤੁਸੀਂ ਬੈਠੇ ਹੋ ਕੱਲ੍ਹ ਤੁਹਾਡੇ ਬੱਚੇ ਨੇ ਆ ਸਾਡੀ ਕੋਈ ਪ੍ਰੋਬਲਮ ਆ ਜਾਏ ਬੱਚਿਆਂ ਦੀ ਮੱਤ ਹੋ ਰਹੀ ਤੁਸੀਂ ਮੇਰੇ ਦਰਦੀ ਹੋ ਤੇ ਜੇ ਲੈ ਇਹਨੇ ਨਾਂ ਲੈਣਾ ਨਾ ਫਿਰ ਇਹਨੂੰ ਆਪੇ ਪਤਾ ਲੱਗ ਜਾਓ ਕੀ ਬੋਲਦੇ ਨੇ ਫਿਰ ਉਹ ਨਾ ਇਹ ਹੈਲਪ ਲੈ ਲੈ ਪੇਪਰ ਇਹਦੇ ਨਾਂ ਤੇ ਨੇ ਸਭ ਕੁਛ ਰੱਦ ਫਿਰ ਹੈਲਪ ਲਵੇ ਫਿਰ ਰਿਸ਼ਤੇਦਾਰੀ ਕੋਈ ਨਹੀਂ ਉਹਨਾਂ ਦੇ ਕੋਲ ਵੀ ਨਾ ਰਵੇ ਜੇ ਕੋਈ ਉਹਦਾ ਰਿਸ਼ਤਾ ਹੈਗਾ ਤੇ ਨਾ ਕੋਈ ਭਤੀਜਾ ਜੇ ਅਸੀਂ ਸਾਰਾ ਕੁਛ ਵੇਖ ਬੈਠੇ ਨਾ ਭਨੇਵਾ ਜੇ ਨਾ ਕੋਈ ਚਾਚੇ ਦਾ ਪੁੱਤਰ ਜੇ ਨਾ ਕੋਈ ਭੈਣ ਨਾ ਭਰਾ ਸਾਰੇ ਪੈਸੇ ਵਾਲੇ ਖਾਊ ਬੈਠੇ ਨੇ ਉੱਥੇ ਦੂਜੀ ਗੱਲ ਆਪਣਾ ਕਾਰਵਾਈ ਕਰੇ ਜਾ ਕੇ ਫਿਰ ਇਹਨੂੰ ਕੁਛ ਮਿਲ ਜਾਏਗਾ ਠੀਕ ਹੈ ਆਂਟੀ ਜੀ ਬਹੁਤ ਵਧੀਆ ਥੈਂਕ ਯੂ ਸੋ ਮਚ ਬੜੀ ਯੂ ਨੋ ਓਈ ਪ੍ਰੋਪਰਟੀ ਕੀ ਸਾਡੇ ਗੁਜ਼ਰ ਵਾਸਤੇ ਸਾਰਾ ਕੁਛ ਸੀਗਾ ਪ੍ਰੋਪਰਟੀ ਹੋਈ ਬਿਜ਼ਨਸ ਹੋਇਆ ਪੈਸਾ ਹੋਇਆ ਪਰ
किस तरह अपना ही दुश्मन बन जाता है, इन्हें रिश्ते खत्म हो जाते हैं और सारे का एक तरह का ही व्यू आ रहा है कि नहीं पैसा जरूरी हाथ में ले लो, रिश्ते हूँ इन्नी फैमिली बनी हुई है, दूजे पास गल तो लगता है कि अपनी जड़ी फैमिली है भैन माँ भरा वो कोई खास रखते नहीं, बस पैसे पिछे ही रिश्ता है, ये अगर पुछते करते ने वो करते ने वो भी पूरा मतलब एक तरह नाल ताला ला दो क्योंकि पैसा ज़्यादा इंपॉर्टेंट है, पर दूजे पास ये भी लगता है कि ऑफकोर्स अपना ध्यान रखना यू नो अपनी जिम्मेवारी है, सो अगर अपनी चीज़ है तो उन्हों का हक बनता है, सो इट्स अ वेरी इन अ वे यू नो फिलोसफिकल गल एक मुद्दे पर पहुँच गई है डिस्कशन कि दुनिया के बीच है कि है यू नो ये सारा चीज़ा जिदा डंबर और वो सारा जिद पिछे सारी जिंदगी लगा दे दा कि हाँ जी ये कर रहे हैं बना रहे हैं बना रहे हैं, वो बनते बनते बंदा चला गया जवानी दे विच इन अ वे 52 ईयर्स सडन स्ट्रोक दे विच किस तरह वो डिटेल्स भी मैंने दस रहे थे जिस तरह वो गए ने मतलब काफ़ी इट वॉज़ वेरी ट्रैजिक, ते वो चले गए और हुण मतलब इन्हों एक तरह गिल्ट फीलिंग भी कि हाँ मैं मंगती रही हूँ उन्होंने नहीं किया, उन्होंने भी गुस्सा किसी वेले आता है पर फिर गिल्टी भी फील करते हैं कि यू नो वो तो आप नहीं भोग के गए जो भी पैसा बिजनेस सिगा उन्होंने किस्मत तो नहीं सी, वो तो इतने ही बैठे हुए सी किराए के मकान ची, बट एनी वे जरूर दसो की कहते हो इन्हों लेनी है एक छोटी जी ब्रेक। वेलकम बैक, फिर वापस सारे नू वही सवाल, लेट्स सी सारे की कह रहे हैं, इन्हों पुछते हैं। हेलो हेलो, हाँ जी सत श्री अकाल, हाँ जी सत श्री अकाल, कौन बोल रहे हो? मैं परमिंदर बोल रही हूँ शिकागो तो। हाँ जी हाँ जी, स्वागत है परमिंदर जी, दसो। मेरे हिसाब नाल तो अरविंद जी नहीं मंगना चाहिए। अच्छा। क्योंकि इन्ने साल तो इत्थे रह रहे हैं ते जो भी वो बिजनेस चला रहे हैं आपे ही ब्रदर इन लॉ वगैरह चला रहे हैं या उन्होंने बच्चे चला रहे हैं संबंध खराब हो जाएंगे तो नहीं देंगे क्योंकि बच्चा भी नहीं अगो इना शुक्र है कि इन्हों पैसा मिल गया था, अपार्टमेंट इन्होंने खरीद लिया है, वही समझण भी इन्ना ही शायद मिलना सी मिल गया थे अपना कमान ते खान ते सोई तरह जान जिवें जांदे ने, बाकी संबंध बिगड़ जाणगे मैनूं ते लगदा है ओही डर ते लगणगे जां कहणगे इक वारी ट्राई करके देख लैण जे इन्हां दे मन च आंदा ते डर ते इही है कि जे मंगणगे ते संबंध नहीं रहणगे, हां खराब हो जाणगे। ठीक है, ओए रिस्पेक्ट करदे ने बड़ी वड्डी गल है कि इन्हां दे हसबैंड भी नहीं रहे फिर भी रिश्ता तो उन्होंने बना के रखा हुआ है ना सोहनी तरह नहीं दो दो महीने जाके रह के आंदे ते अच्छी तरह रहंदे ने, बाकी जे बहुत मिल भी गया तो इन्होंने किन्ना की करना अपनी जिंदगी लई चाहिए, उन्हां ते कमांदे पए ते घर अपना हैगा ते अगो तो फिक्र नहीं है कि बच्चियां नूं की मिलेगा जां की नहीं होना सी की होना सी, उन्हां दे हुंदिआं हो जांदा ते ठीक सी पर मैनूं नहीं लगदा कि हुण मंगणगे ते संबंध ठीक रहणगे। एक्चुअली परमिंदर जी इन्हों का डर ये है कि संबंध नहीं रहेंगे, हुण जड़ी सवाल ये है कि संबंध चुनन के एक अच्छी जिंदगी चुनन, क्योंकि इत्थे कहिंदे बड़ी छोटी जी जॉब है, बड़ा गुजारे वाला काम है, कोई वो इत्थे वो नहीं हैगा, ठीक है मॉर्गेज नहीं देनी पैंदी पर बाकी टैक्सेस बिल्स इत्थे नहीं मिलिया ते फिर की करणगे, हुण ते सोहणी तरह दो दो महीने जाके कट आंदे ना सोहणी तरह रह लैंदे ने सोहणी तरह खांदे पींदे, फिर भी जो मन च ज्यादा आंदा कि मैनूं बैटर लाइफ चाहिए तो एक बार ब्रदर इन लॉ नाल गल करके देख लैण, अदरवाइज मैनूं तो लगता कोई मंगण विच कोई ज्यादा फायदा नहीं है। रियली चलो अच्छे नहीं रहणगे। ठीक है, थैंक यू सो मच परमिंदर जी, पर वही है यू नो किस चीज़ नूं बंदा चुने, लिखत विच कहिंदे ने मेरे कोल हैगा सो वह भी थोड़ा जिहा इन्हां दी फेवर विच जांदा, लैट्स सी होर की कह रहे ने। हैलो, हाँ जी, हाँ जी सत श्री अकाल, कौन बोल रहे हो? मैं जी बलजिंदर बोल रही हां ते मैं सारी बहस सुनी है। हां जी, ते मेनू इस गल चा जेड़ी हुण भैन जी ने सलाह दित्ती है एहो बेटर लगदी है। अच्छा, ना जमीन जायदाद नाल जानी है ते रिश्ता जेड़ा है ओ भी बिगाड़ लेना जिन्ना ना एडा चंगा बनिया है ते बाकी जिन्ना बारे सलाह देंदे ने पेकियां बारे ओ सहुरियां नूं भी बुरी लगनी भी साडी जायदाद अपने पेकियां च वाड़े।
ਤੇ ਇਹਨਾਂ ਨੂੰ ਖਾਮ ਖਾ ਦੀ ਦੁਸ਼ਮਣੀ ਨਹੀਂ ਲੈਣੀ ਚਾਹੀਦੀ। ਬੈਟਰ ਇਹ ਹੈ ਕਿ ਜਿੰਨਾ ਚਿਰ ਇਹਨਾਂ ਦੀ ਜ਼ਿੰਦਗੀ ਹੈ ਇੱਥੇ ਵੀ ਇਹਨਾਂ ਨੂੰ ਸਰਕਾਰ ਨੇ ਮਗਰੋਂ ਸਾਂਭ ਵੀ ਲੈਣਾ, ਇੱਡੀ ਕੋਈ ਗੱਲ ਨਹੀਂ, ਕਿਉਂਕਿ ਇਹਨਾਂ ਵਰਕ ਕੀਤਾ ਹੈ। ਦੂਜਾ ਜੇ ਉੱਥੇ ਰਹਿਣਾ ਤੇ ਉਹਨਾਂ ਦੀ ਸਲਾਹ ਨਾਲ ਜੇ ਬੱਚਾ ਅਡੋਪਟ ਕਰਨਾ ਤੇ ਕੋਈ ਉਹਨਾਂ ਦਾ ਕਰਨ, ਤੇ ਜੇ ਇਹ ਉਹਨਾਂ ਨੂੰ ਆਪਣੇ ਘਰ ਦੇ ਹਾਲਾਤ ਵੇਖਣੇ ਆ ਵੀ ਕਿੰਨੇ ਮੈਂਬਰ ਆ, ਦੂਜੇ ਨਾਲ ਨਾਰਾਜ਼ ਹੋ ਜਾਣ, ਤੇ ਉਸ ਹਿਸਾਬ ਨਾਲ ਇਹਨਾਂ ਨੂੰ ਇਹ ਚਾਹੀਦਾ ਵੀ ਜਿੰਨਾ ਚਿਰ ਜ਼ਿੰਦਗੀ ਆ ਉੱਥੇ ਜਾਣ ਰਹਿਣ, ਥੋੜਾ ਬਹੁਤਾ ਉਹਨਾਂ ਦੀ ਸਲਾਹ ਨਾਲ ਪ੍ਰਭ ਆਸਰੇ ਵਰਗੇ ਨੂੰ ਥਾਂ ਦੇ ਦੇਣ ਜਿਹੜਾ ਕਿ ਕਿਸੇ ਗਰੀਬਾਂ ਨੂੰ ਆਸਰਾ ਦਿੰਦਾ ਹੈ। ਉੱਥੇ ਜੇ ਇਹਨਾਂ ਨੂੰ ਵੀ ਬੁਢਾਪੇ 'ਚ ਲੋੜ ਪਏਗੀ ਤੇ ਇਹ ਵੀ ਉੱਥੇ ਆਰਾਮ ਦੀ ਜ਼ਿੰਦਗੀ ਸੇਵਾ ਕਰਾ ਸਕਣਗੇ। ਮੈਂ ਤੇ ਇਹੋ ਸਲਾਹ ਦਿੰਦੀ ਹਾਂ, ਅੱਗੋਂ ਬਾਕੀ ਸਾਰੇ ਭੈਣ ਭਰਾਵਾਂ ਦੀ ਤੁਸੀਂ ਆਪ ਸੁਣ ਲਓ। ਥੈਂਕ ਯੂ ਜੀ, ਬਾਏ। ਥੈਂਕ ਯੂ ਸੋ ਮਚ ਜੀ, ਥੈਂਕ ਯੂ। ਇਹਨਾਂ ਨੂੰ ਪੁੱਛਦੇ ਹਾਂ ਕੀ ਕਹਿ ਰਹੇ ਨੇ। ਹੈਲੋ, ਹੈਲੋ, ਸਤਿ ਸ਼੍ਰੀ ਅਕਾਲ ਅਰਵਿੰਦ ਜੀ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ? ਮੈਂ ਨਾਂ ਤਾਂ ਨਹੀਂ ਦੱਸੂੰਗੀ, ਪਰ ਮੈਂ ਬਹੁਤ ਚਿਰ ਤੋਂ ਜੁੜੀ ਹੋਈ ਹਾਂ ਤੁਹਾਡੇ ਨਾਲ। ਓਕੇ, ਥੈਂਕ ਯੂ ਸੋ ਮਚ। ਹਾਂਜੀ, ਮੈਂ ਤਾਂ ਇਹ ਸਲਾਹ ਦਊਂਗੀ ਜੀ, ਬੇਕਾਰ ਆ ਜਿੱਦਾਂ ਅੱਜ ਦਾ, ਜਿੱਦਾਂ ਜੇ ਇਹ ਲਊਗੇ ਵੀ। ਅੱਛਾ, ਤੇ ਬਾਕੀ ਗੱਲ ਕਰਕੇ ਰਿਸ਼ਤਾ ਹੀ ਵਿਗੜਨਾ ਆ, ਮਿਲਣਾ ਤਾਂ ਉੱਥੇ ਕੁਛ ਨਹੀਂ ਹੈਗਾ, ਇੰਡੀਆ ਵਿੱਚ ਪਤਾ ਹੀ ਆਪਾਂ ਨੂੰ। ਰੀਅਲੀ ਕੋਈ ਨਹੀਂ ਦੇਣ, ਕੋਈ ਫੇ ਮਤਲਬ ਜੇ ਮੈਂ ਆਪਣੇ ਆਪ ਨੂੰ ਦਿਲ 'ਚ ਸੋਚ ਰਹੀ ਹਾਂ ਕਿ ਜੇ ਮੈਂ ਉਹਨਾਂ ਦੇ ਬ੍ਰਦਰ ਇਨ ਲਾਜ਼ ਦੀ ਜਗ੍ਹਾ 'ਤੇ ਹੋਵਾਂ ਤਾਂ ਮੈਂ ਉਹਨਾਂ ਦਾ ਗੁੱਸਾ ਜ਼ਰੂਰ ਦਾਂਗੀ। ਮੈਂ ਕਹਾਂਗੀ ਕਿ ਯੂ ਨੋ ਇਹਨਾਂ ਦਾ ਅਤੇ ਜਿਹੜੀ ਜਿਨ੍ਹਾਂ ਦੀ ਚੀਜ਼ ਆ ਉਹਨਾਂ ਨੂੰ ਕਿਉਂ ਨਹੀਂ ਦਾਂਗੀ। ਹਾਂਜੀ, ਉਹ ਬਣ ਹਾਂ, ਉਹ ਆਪਾਂ ਆਪਾਂ ਇੱਥੇ ਇੱਦਾਂ ਸੋਚਦੇ ਹਾਂ, ਪਰ ਉਹ ਨਹੀਂ ਸੋਚਦੇ ਹੈਗੇ ਅਤੇ ਉਹਨਾਂ ਦੇਣਾ ਵੀ ਨਹੀਂ ਗਾ। ਬਾਕੀ ਇਹ ਆ, ਇਹਨਾਂ ਦੇ ਰਿਲੇਸ਼ਨ ਇੱਦਾਂ ਖਰਾਬ ਹੋ ਜਾਣਾ ਆ। ਉਹਦੇ ਬਾਕੀ ਵਿਊਵਰ ਜੋ ਕਹਿੰਦੇ ਆ, ਪਰ ਲਿਖਤ ਲੁਖਤ ਦਾ ਕੋਈ ਫਾਇਦਾ ਨਹੀਂ, ਕੁਛ ਨਹੀਂ। ਹਾਂਜੀ, ਜਿਵੇਂ ਕਹਿੰਦੇ ਨੇ ਕਿ ਮੇਰੇ ਕੋਲ ਲਿਖਤ ਹੈਗੀ ਹੈ, ਵੈਸੇ ਲਿਖਤ ਹੈਗੀ ਆ, ਲਿਖਤ ਵੀ ਤੁਹਾਨੂੰ ਪਤਾ ਹੀ ਆ ਉੱਥੇ ਜਦੋਂ ਆਪਣਾ, ਜਦ ਹੁਣ ਇਹਨਾਂ ਨੇ ਆਪਣੇ ਪਿੱਛੇ ਵਾਲੇ ਵੀ ਦੱਸਿਆ ਆ, ਕਿਉਂਕਿ ਉਹ ਵੀ ਨਹੀਂ ਸਾਥ ਨਾਲ ਹੈਗੇ ਨਾ। ਹਾਂਜੀ ਹਾਂਜੀ, ਜ਼ਿਆਦਾ ਕੁਛ ਉਹਦੀ ਸਪੋਰਟ ਨਹੀਂ ਹੈਗੀ। ਆਪਾਂ ਕਿਸੇ ਨੂੰ ਮੋਰੇ ਕਰਾਂਗੇ, ਉਹ ਮੋਰੇ ਹੋਊਗਾ, ਉਹ ਫੇਰ ਵੀ ਉਹ ਸਾਨੂੰ ਉਹਨਾਂ ਹੱਥ ਪੱਲੇ ਫੜਾਊਗਾ, ਤੇ ਇਹ ਤਾਂ ਸਾਡੇ ਆਪਣੇ ਆ। ਬਹੁਤ ਵਧੀਆ, ਥੈਂਕ ਯੂ ਸੋ ਮਚ ਜੀ। ਲੈਟਸ ਸੀ ਹੋਰ ਕੀ ਕਹਿ ਰਹੇ ਆ, ਇਹਨਾਂ ਨੂੰ ਪੁੱਛਦੇ ਆ। ਹੈਲੋ, ਹੈਲੋ, ਸਤਿ ਸ਼੍ਰੀ ਅਕਾਲ ਅਰਵਿੰਦ ਜੀ, ਮੈਂ ਗੁਰਦੀਪ ਬੋਲਦਾ ਜੀ। ਹਾਂਜੀ ਗੁਰਦੀਪ ਜੀ, ਦੱਸੋ। ਦੇਖੋ, ਪਹਿਲੀ ਗੱਲ ਇਹਨਾਂ ਦੀ ਪੋਜ਼ਿਟਿਵ ਇਹ ਆ ਕਿ ਇਹ ਨਹੀਂ ਇਕੱਲੇ ਚੱਲਣਾ ਸਿੱਖ ਲਿਆ। ਹਾਂਜੀ, ਦੈਟ ਇਹ ਬਹੁਤ ਜ਼ਰੂਰੀ ਸੀਗਾ। ਦੂਜੀ ਗੱਲ ਹੈ ਵੀ ਰਿਸ਼ਤੇ ਜ਼ਰੂਰੀ ਆ, ਧਨ ਦੌਲਤ ਜ਼ਰੂਰੀ ਨਹੀਂ। ਪਰਮਿੰਦਰ ਭੈਣ ਜੀ ਔਰ ਇੱਕ ਹੋਰ ਭੈਣ ਜੀ ਉਹਨਾਂ ਤੋਂ ਬਾਅਦ ਬੋਲੇ, ਉਹ ਬਿਲਕੁਲ ਠੀਕ ਕਹਿੰਦੇ ਆ। ਇਹਨਾਂ ਨੂੰ ਭੋਗ ਹੀ ਪਾ ਦੇਣਾ ਚਾਹੀਦਾ, ਕਿਉਂਕਿ ਇਹਨਾਂ ਦਾ ਜਿਹੜੇ ਉੱਥੇ ਰਿਸ਼ਤੇਦਾਰ ਹੈਗੇ ਵੀ ਉਹ ਵੀ ਲਾਲਚੀ ਆ, ਤੇ ਰੁਲਾਇਆ ਨਾ ਕਰ। ਇੱਕ ਸ਼ੇਰ ਸੁਣਾਉਂਦਾ ਇਹਨਾਂ ਨੂੰ, ਰੁਲਾਇਆ ਨਾ ਕਰ ਇਹ ਜ਼ਿੰਦਗੀ, ਮੁਝੇ ਚੁੱਪ ਕਰਾਨੇ ਵਾਲਾ ਕੋਈ ਨਹੀਂ ਹੈ। ਇਹਨਾਂ ਦੇ ਨਾ ਕੋਈ ਬੱਚਾ ਹੈ ਨਾ ਔਲਾਦ ਹੈ ਜਿਹਨੇ ਇਹਨਾਂ ਨੂੰ ਚੁੱਪ ਕਰਾ ਦੇਣਾ। ਜੇ ਤਕਲੀਫ਼ 'ਚ ਪੈਣਗੇ, ਜੇ ਭੋਗ ਹੀ ਪਾ ਲੈਣ, ਜਿੰਨੇ ਉਹ ਰਿਸਪੈਕਟ ਕਰਦੇ ਆ ਉਹ ਜਾਂਦੀ ਰਹਿਣੀ ਆ। ਔਰ ਹੋ ਸਕਦਾ ਫਿਰ ਇਹ ਕਈ ਦੇਖੇ ਆ ਇਹੋ ਚਾਂਸ। ਦੇਖੋ, ਮੈਂ ਆਰਮੀ ਪਰਸਨਲ ਆ, ਮੇਰੀ ਪੈਨਸ਼ਨ ਬੰਦ ਕਰ ਦਿੱਤੀ ਗੌਰਮੈਂਟ ਨੇ ਜੀ, ਮੈਂ ਬਿਲਕੁਲ ਦਿਲ ਚੋਂ ਕੱਢ ਦਿੱਤਾ। ਮੈਨੂੰ ਪਤਾ ਮੈਂ ਸੇਫ ਹੀ ਨਹੀਂ ਆ, ਜੇ ਮੈਂ ਇੰਡੀਆ ਗਿਆ, ਕਿਸੇ ਨੇ ਕੋਈ ਮੁਕੱਦਮਾ ਕਰਤਾ ਜਾਂ ਕੁਛ ਕਰਤਾ, ਜਾਂ ਕਿਸੇ ਨੇ ਮੈਨੂੰ ਮੇਰੀ ਜ਼ਮੀਨ, 20 acres ਜ਼ਮੀਨ ਆ, ਮੈਂ ਉਹ ਵੀ ਛੱਡੀ ਬੈਠਾ। ਮਤਲਬ ਇੱਕ ਸਬਰ ਹੈ ਨਾ, ਇੱਕ ਸਬਰ ਜ਼ਰੂਰੀ ਆ, ਸੰਤੋਖ। ਪੈਸਾ ਜਿੱਦਾਂ ਭੈਣ ਜੀ ਨੇ ਕਿਹਾ, ਪੈਸਾ ਨਾਲ ਨਹੀਂ ਜਾਣਾ, ਜਿੰਨੀ ਦੇ ਰਿਸ਼ਤੇ ਉਹ ਨਿਭਾਉਂਦੇ ਆ ਨਿਭਾਈ ਜਾਵੇ, ਬਿਲਕੁਲ ਠੀਕ ਹੈ। ਆਪਣੇ ਆਪ ਨੂੰ ਸਮੱਸਿਆ ਦੇ ਵਿੱਚ ਨਾ ਪਾਵੇ। ਤੇ ਇੱਕ ਗੱਲ ਮੈਂ ਹੋਰ ਕਹਿਣਾ ਕਿ ਇੱਕ ਸ਼ੇਰ ਸੁਣਾਉਂਦਾ ਇਹਨਾਂ ਨੂੰ, ਕਿਤਨਾ ਅਜੀਬ ਹੈ ਨਾ 84 lakh ਜੀਵੋ ਮੇ ਏਕ ਮਾਨਵ ਹੀ ਧਨ ਕਮਾਤਾ ਹੈ, ਅੰਨਿਆ ਕੋਈ ਜੀਵ ਭੁੱਖਾ ਨਹੀਂ ਮਰਾ, ਔਰ ਮਾਨਵ ਕਾ ਕਭੀ ਪੇਟ ਨਹੀਂ ਭਰਾ। ਸੋ ਬਹੁਤ ਵਧੀਆ, ਥੈਂਕ ਯੂ ਸੋ ਮਚ ਗੁਰਦੀਪ ਜੀ। ਹੋਰ ਪੁੱਛਦੇ ਆ ਕੀ ਕਹਿ ਰਹੇ ਨੇ, ਇਹਨਾਂ ਨੂੰ ਪੁੱਛ ਲੈਂਦੇ ਆ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ, ਦੱਸੋ ਕੀ ਕਹਿੰਦੇ ਹੋ? ਹਾਂਜੀ ਅਰਵਿੰਦ ਜੀ, ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦੀ ਹਾਂ ਕਿ ਇਹਨਾਂ ਨੂੰ ਹੁਣ ਮਿਲਦਾ ਕੁਛ ਨਹੀਂ, ਜਿੰਦਿਆਂ ਨਾਲ ਹੀ ਹੁੰਦਾ। ਸਕੇ ਭੈਣ ਭਰਾ ਜਿਹੜੀ ਤੁਹਾਡੀ ਤੁਹਾਡੀ ਆਪਣੀ ਵਿਰਾਸਤ ਹੁੰਦੀ ਹੈ ਨਾ, ਉਹ ਵੀ ਨਹੀਂ ਦਿੰਦੇ। ਲੀਗਲ ਤਰੀਕਾ ਇੱਕ ਤਰੀਕਾ ਹੈ, ਅਗਰ ਇਹਨਾਂ ਕੋਲ ਕੁਛ ਹੈ, ਆਈ ਥਿੰਕ ਦੇ ਸ਼ੀ ਸ਼ੁਡ ਮੇਨਟੇਨ ਹਰ ਰਿਲੇਸ਼ਨਸ਼ਿਪ। ਅੱਛਾ ਜੀ, ਸੋ ਰਿਲੇਸ਼ਨਸ਼ਿਪ ਨੂੰ ਯੂ ਨੋ ਪ੍ਰਾਇਰਟੀ ਦੇਣ ਔਰ ਉਹਨੂੰ, ਸੋ ਕਾਫੀ ਯੂ ਨੋ ਦੋਨੋਂ ਪਾਸੇ ਦੇ ਸਲਾਹਾਂ ਆਈਆਂ ਨੇ। ਬਟ ਯਾ, ਕਾਫੀ ਬੰਦੇ ਕਹਿ ਰਹੇ ਨੇ ਕਿ ਕਰਨਾ ਕੀ ਹੈ ਉਹ, ਪਰ ਇੰਟਰਸਟਿੰਗ ਗੱਲ ਇਹ ਹੈ ਕਿ ਆਲਮੋਸਟ ਸਾਰੇ ਸਰਟਨ ਹੈ ਕਿ ਉਹਨਾਂ ਨੇ ਦੇਣਾ ਨਹੀਂ, ਵਿਚ ਇਜ਼ ਲਾਈਕ, ਆਈ ਮੀਨ ਆਈ ਨੋ ਕਿ ਬਹੁਤ ਵਾਰੀ ਸੁਣਿਆ ਹੈ, ਪਰ ਕੀ ਵਾਕਈ ਫੇਅਰ ਬੰਦੇ ਰਹੇ ਨਹੀਂ ਹੁਣ, ਵੀ ਜਿਹਦਾ ਜੋ ਹਿੱਸਾ ਉਹ ਆਪਣਾ ਕਿਵੇਂ ਹੋ ਜਾਏਗਾ?
ਕਿਸ ਤਰ੍ਹਾਂ ਉਸ ਚੀਜ਼ ਨੂੰ ਤੁਸੀਂ ਸੋਚ ਸਕਦੇ ਹੋ ਕਿ ਹਾਂ ਤੁਸੀਂ ਉਸ ਕਿਸੇ ਦੀ ਇਮਾਨਤ ਲੈ ਕੇ ਬੈਠੇ ਹੋਏ ਹੋ ਅਤੇ ਉਹ ਉਹਦੇ ਹੀ ਬਿਲੋਂਗ ਕਰਦਾ ਬਟ ਆਈ ਨੋ ਸੋ ਸਾਰੇ ਕਹਿ ਰਹੇ ਹਨ ਅਤੇ ਜ਼ਰੂਰ ਉਹਦੇ ਵਿੱਚ ਕੁਝ ਸੱਚਾਈ ਹੋਣੀ ਹੈ ਲੈਂਦੀ ਹਾਂ ਇੱਕ ਛੋਟੀ ਜਿਹੀ ਬ੍ਰੇਕ ਤੁਸੀਂ ਸਾਰੇ ਕਿਤੇ ਨਾ ਜਾਇਓ ਸਾਰਿਆਂ ਦਾ ਫਿਰ ਸਵਾਗਤ ਹੈ ਲੈਟਸ ਟੇਕ ਸਮ ਕੁਇਕ ਕਾਲਸ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਸਮਾਂ ਇਜਾਜ਼ਤ ਨਹੀਂ ਦਿੰਦਾ ਕਿ ਵੇਟ ਕਰ ਰਹਾ ਹਾਂ ਸੋ ਪਲੀਜ਼ ਦੁਬਾਰਾ ਕਾਲ ਕਰੋ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਪਲੀਜ਼ ਫੋਨ ਦੇ ਉੱਤੇ ਜਦੋਂ ਮਿਲ ਜਾਏ ਜ਼ਰੂਰ ਪੂਰਾ ਧਿਆਨ ਦਿਆ ਕਰੋ ਦੁਬਾਰਾ ਕਾਲ ਕਰੋ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਬਿਲਕੁਲ ਸੁਣ ਰਹੇ ਹਾਂ ਤੁਹਾਡੀ ਸਤਿ ਸ਼੍ਰੀ ਅਕਾਲ ਦੱਸੋ ਕੌਣ ਬੋਲ ਰਹੇ ਹੋ ਹਾਂਜੀ ਮੈਂ ਤੁਹਾਨੂੰ ਫਸਟ ਟਾਈਮ ਹੀ ਕਾਲ ਕਰ ਰਹੀ ਹਾਂ ਮੈਂ ਵੀ ਨਾ ਅੱਜ ਪਹਿਲੀ ਵਾਰ ਗੱਲ ਕੀਤੀ ਤੁਹਾਨੂੰ ਸਵਾਗਤ ਹੈ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਸ਼ੋਅ ਤੇ ਦੱਸੋ ਕੀ ਕਹਿੰਦੇ ਹੋ ਮੈਂ ਤੁਹਾਡਾ ਪ੍ਰੋਗਰਾਮ ਪਹਿਲੇ ਬਹੁਤ ਦੇਖਣੀ ਆ ਤੇ ਅੱਜ ਵੀ ਦੇਖਦੀ ਕਿਸੇ ਪਰ ਮੈਨੂੰ ਬੜਾ ਦੁੱਖ ਲੱਗਾ ਅੱਜ ਦੇਖ ਕੇ ਤੁਹਾਡਾ ਪ੍ਰੋਗਰਾਮ ਨਾ ਕਿ ਸਾਰੇ ਅਸੀਂ ਨੈਗੇਟਿਵ ਤੇ ਸੋਚ ਰਹੇ ਹਾਂ ਹਾਂ ਅਸੀਂ ਪੋਜ਼ਿਟਿਵ ਸੋਚੀਏ ਅਸੀਂ ਅਸੀਂ ਰਿਸ਼ਤੇ ਬਣਾਈਏ ਅਸੀਂ ਨਾ ਕਿ ਰਿਸ਼ਤੇ ਤੋੜੀਏ ਕਿਸੇ ਚੀਜ਼ ਸੋ ਕੀ ਕਹਿੰਦੇ ਹੋ ਤੁਹਾਨੂੰ ਕੀ ਲੱਗਦਾ ਮੈਂ ਤਾਂ ਇਹ ਕਵਾਂਗੀ ਇਹਨਾਂ ਨੂੰ ਸਲਾਹ ਦਵਾਂਗੀ ਭੈਣ ਜੀ ਨੂੰ ਕਿ ਮੇਰੇ ਨਾਲ ਸ਼ਾਇਦ ਮੈਂ ਵੀ ਮੇਰੇ ਨਾਲ ਮਿਲਦੀ ਜੁਲਦੀ ਕਹਾਣੀ ਇਹਨਾਂ ਦੀ ਨਾ ਅੱਛਾ ਜੀ ਉਹ ਕਰਕੇ ਮੈਂ ਇਹਨਾਂ ਨੂੰ ਇਹ ਸਲਾਹ ਦਵਾਂਗੀ ਕਿ ਇਹਨਾਂ ਕੋਲ ਇੱਥੇ ਅਪਾਰਟਮੈਂਟ ਵਾਲਾ ਲਾਇਆ ਤਾਂ ਬੱਚਾ ਕੋਈ ਹੈ ਨਹੀਂ ਇਕੱਲੇ ਨੇ ਚੱਲ ਮੇਰੇ ਕੋਲ ਤਾਂ ਬੱਚੇ ਵੀ ਹੈਗੇ ਨੇ ਜੀ ਉਹ ਕਰਕੇ ਹੈ ਨਾ ਜੀ ਹੁਣ ਇਹਨਾਂ ਨੂੰ ਇਹ ਚਾਹੀਦਾ ਹੈ ਕਿ ਉਹਨਾਂ ਕੋਲ ਜਾਣ ਪਿਆਰ ਨਾਲ ਗੱਲ ਕਰਨ ਉਹਨਾਂ ਨਾਲ ਕਿ ਜਿਹੜੀ ਪ੍ਰੋਪਰਟੀ ਇਹਨਾਂ ਦੀ ਉਹਨਾਂ ਕੋਲ ਹੈਗੀ ਹੈ ਬਿਸ਼ੱਕ ਇਹਨਾਂ ਕੋਲ ਕਾਗਜ਼ ਹੈਗੇ ਨੇ ਜਿੰਨੀ ਕਿ ਇਹਨਾਂ ਜ਼ਰੂਰਤ ਇੱਥੇ ਹੋਰ ਆਪਣੇ ਕਰਨ ਵਾਸਤੇ ਗੁਜ਼ਾਰੇ ਵਾਸਤੇ ਚਾਹੀਦੀ ਹੈ ਆਪਣੇ ਖਰਚੇ ਵਾਸਤੇ ਜਾਂ ਇਨਵੈਸਟ ਕਰਨ ਵਾਸਤੇ ਥੋੜ੍ਹੀ ਬਹੁਤੀ ਉਹ ਉਹਨਾਂ ਨੂੰ ਕਹਿਣ ਬਿਠਾ ਕੇ ਜਿੰਨੇ ਵੀ ਫੈਮਿਲੀ ਮੈਂਬਰ ਨੇ ਕਿ ਭਾਈ ਮੇਰੇ ਕੋਲ ਬੱਚਾ ਨਹੀਂ ਹੈਗਾ ਜਾਂ ਕੁਛ ਵੀ ਇਸ ਕਹਿਣ ਦਾ ਮਤਲਬ ਕਿ ਮੈਂ ਆਪਣੇ ਗੁਜ਼ਾਰੇ ਵਾਸਤੇ ਇੰਨਾ ਕੁ ਚਾਹੁੰਦੀ ਹਾਂ ਕਿ ਜਿਹੜਾ ਮੇਰਾ ਆਉਣ ਵਾਲੇ ਫਿਊਚਰ 'ਚ ਹੋਵੇ ਉਹਦੇ 'ਚ ਆਉਂਦੀ ਜ਼ਿੰਦਗੀ ਵੀ ਸੇਫ ਰਹੇਗੀ ਉਹਨਾਂ ਕੋਲ ਵੀ ਬਾਕੀ ਮੈਂ ਕਹਿੰਦੀ ਸਾਰਾ ਕੁਛ ਦੇ ਦੇ ਉਹਨਾਂ ਲਿਖ ਕੇ ਦੇ ਦੇ ਕਿ ਇਹ ਬੇਟਾ ਇਹ ਤੁਹਾਡਾ ਸਾਰਾ ਬੱਚੇ ਬੱਚਿਆਂ ਦਾ ਹੋਵੇ ਉਹਨਾਂ ਦਾ ਹੋਵੇ ਜਿਹਨਾਂ ਦਾ ਵੀ ਹੋਵੇ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਸੋ ਕੁਝ ਜ਼ਰੂਰ ਬੈਠ ਕੇ ਬੜੇ ਜ਼ਿਆਦਾ ਨਹੀਂ ਅਸੀਂ ਨਹੀਂ ਕਹਿੰਦੇ ਕਿ ਮਾੜੇ ਜ਼ਿਆਦਾ ਨਹੀਂ ਰਾਈਟ ਰਾਈਟ ਨਹੀਂ ਬਹੁਤ ਅੱਛੀ ਗੱਲ ਕਰ ਰਹੇ ਹੋ ਕਿ ਨੈਗੋਸ਼ੀਏਟ ਕਰ ਲੈਣ ਵੀ ਹਾਂਜੀ ਮੈਨੂੰ ਦਿਓ ਹਾਂਜੀ ਮੈਂ ਨਾ ਲੈ ਲਓ ਪਰ ਮੇਰੇ ਜਿੰਨੀ ਵੀ ਜ਼ਿੰਦਗੀ ਜਿੱਦਾਂ ਦੱਸਦੇ ਮੈਨੇ ਕਿ ਅਚਾਨਕ ਉਹਦੇ ਹਸਬੰਦ ਨੇ ਦੱਸ ਮੇਰੇ ਨਾਲ ਅਚਾਨਕ ਹੀ ਹੋਈ ਸੀ ਜਾਈ ਤੇ ਕੱਲ ਦਾ ਕੀ ਪਤਾ ਕੱਲ ਕਿਨੇ ਦੇਖਿਆ ਜੀ ਰਾਈਟ ਰਾਈਟ ਅਸੀਂ ਅੱਜ ਦਾ ਸੋਚੀਏ ਸਾਡੇ ਅੱਜ ਅੱਜ ਸਾਡੀ ਜ਼ਿੰਦਗੀ ਕੀ ਅਸੀਂ ਜ਼ਿੰਦਗੀ ਕਿੱਦਾਂ ਬਤੀਤ ਕਰਨੀ ਆਪਣੇ ਪਰਿਵਾਰ ਦੇ ਵਿੱਚ ਆਪਣੇ ਬਹੁਤ ਵਧੀਆ ਬਹੁਤ ਵਧੀਆ ਬੜੀ ਦੁਨੀਆ ਚੰਗੀ ਅਸੀਂ ਮਾੜੀ ਨਹੀਂ ਦੇਖੀ ਅਸੀਂ ਮਾੜੀ ਬਹੁਤ ਚੰਗੀ ਦੁਨੀਆ ਮੈਂ ਤੁਹਾਨੂੰ ਦੱਸਾਂ ਮੇਰਾ ਜਿਹੜਾ ਘਰ ਦੇ ਮੈਂ ਵੀ ਇੰਡੀਆ ਤੋਂ ਬਿਲੋਂਗ ਕਰਨੀ ਆ ਇੱਥੋਂ ਕਰਨੀ ਆ ਚੰਡੀਗੜ੍ਹ ਤੋਂ ਬਿਲੋਂਗ ਕਰਨੀ ਆ ਪਰ ਮੈਂ ਤੁਹਾਨੂੰ ਦੱਸਾਂ ਮੇਰੇ ਜਿਹੜੇ ਘਰ ਦੇ ਚਾਬੀਆਂ ਤੱਕ ਤੇ ਘਰ ਦੇ ਕਾਗਜ਼ ਤੱਕ ਵੀ ਨਾ ਉਹ ਵੀ ਕਿਸੇ ਥਰਡ ਪਰਸਨ ਕੋਲ ਨੇ ਇੰਨੇ ਇਮਾਨਦਾਰ ਲੋਕ ਨੇ ਐਸੀ ਗੱਲ ਨੀ ਹੈਗੀ ਵੀ ਇਮਾਨ ਸਾਰੇ ਲੋਕੀ ਬੜੀ ਦੁਨੀਆ ਇਮਾਨਦਾਰ ਹੈ ਜੀ ਉਹ ਕਰਕੇ ਹੈ ਬਾਕੀ ਉਹਨਾਂ ਨੂੰ ਕਹੋ ਤੁਸੀਂ ਬ੍ਰਹਮ ਕੁਮਾਰੀ ਨੂੰ ਸੁਣਾਇਆ ਕਰੋ ਥੋੜਾ ਜਿਹਾ ਤੇ ਉਹਦੇ ਨਾਲ ਤੁਹਾਨੂੰ ਬੜਾ ਅਸਰ ਪਏਗਾ ਉਸ ਗੱਲ ਦੇ ਵਿੱਚ ਥੋੜਾ ਜਿਹਾ ਨਾ ਬੜੀ ਪੋਜ਼ਿਟਿਵਿਟੀ ਆਈ ਪੋਜ਼ਿਟਿਵਿਟੀ ਆਈ ਸਾਨੂੰ ਅਸੀਂ ਅਸੀਂ ਪੋਜ਼ਿਟਿਵ ਸੋਚੀ ਹਰ ਗੱਲ ਦੀ ਪੋਜ਼ਿਟਿਵਿਟੀ ਲੱਭੀ ਨੈਗੇਟਿਵਿਟੀ ਨਾ ਲੱਭੀ ਅਸੀਂ ਮੈਂ ਮੇਰੀ ਆਈ ਰਿਕੁਐਸਟ ਹੈ ਸਾਰਿਆਂ ਥੈਂਕ ਯੂ ਸੋ ਮਚ ਸਮਾਂ ਹੋਰ ਇਜਾਜ਼ਤ ਨਹੀਂ ਦੇ ਰਿਹਾ ਪਰ ਆਈ ਥਿੰਕ ਇਟਸ ਅ ਗੁੱਡ ਕੰਕਲੂਜਨ ਹੋਰ ਕਾਲਸ ਮੈਂ ਨਹੀਂ ਲੈ ਸਕਦੀ ਪਲੀਜ਼ arvind@justbroadcasting.com ਤੇ ਤੁਸੀਂ ਈਮੇਲ ਲਿਖ ਸਕਦੇ ਹੋ ਫੇਸਬੁੱਕ ਪੇਜ ਦੇ ਉੱਤੇ ਵੀ ਮੈਸੇਜ ਪਾ ਸਕਦੇ ਹੋ ਆਪਣੀ ਗੱਲ ਕਹਿ ਸਕਦੇ ਹੋ ਪਰ ਆਈ ਥਿੰਕ ਇਟਸ ਅ ਗੁੱਡ ਐਂਡਿੰਗ ਟੂ ਦ ਸ਼ੋਅ ਕਿ ਨੈਗੋਸ਼ੀਏਟ ਕਰ ਲਈਏ ਕਿਉਂ ਸੋਚੀਏ ਕਿ ਜਾਂ ਇਹ ਚੀਜ਼ ਮਿਲ ਸਕਦੀ ਹੈ ਜਾਂ ਇਹ ਚੀਜ਼ ਮਿਲ ਸਕਦੀ ਹੈ ਵੀ ਵਾਂਟ ਦਾ ਹੋਲ ਵਰਲਡ ਸੋ ਪਿਆਰ ਨਾਲ ਬੈਠ ਕੇ ਕਿ ਹਾਂ ਯੂ ਨੋ ਮੇਰਾ ਵੀ ਸੋਚੋ ਮੈਨੂੰ ਸੇਫ ਕਰ ਦਿਉ ਮੈਨੂੰ ਸਿਕਿਓਰ ਕਰ ਦਿਉ ਫਾਈਨੈਂਸ਼ਲੀ ਸਿਕਿਓਰ ਕਰ ਦਿਉ ਕਿ ਮੈਂ ਵੀ ਯੂ ਨੋ ਬਹੁਤ ਦੇਰ ਤੱਕ ਇਹ ਨਾ ਹੋਏ ਕਿ ਮੈਂ ਕੰਮ ਹੀ ਕਰਦੀ ਰਹਾਂ ਬੁੱਢੀ ਹੋ ਜਾਂ ਤਾਂ ਵੀ ਮੈਂ ਮੁਸ਼ਕਿਲ ਨਾਲ ਇਸ ਪਿੱਛੇ ਕੰਮ ਕਰਾਂ ਕਿ ਮੈਂ ਬਿਲਸ ਦੇਣੇ ਹੈ ਜਦਕਿ ਮੇਰੇ ਹਸਬੈਂਡ ਕੋਲ ਇੰਨਾ ਕੁਛ ਸੀਗਾ ਸੋ ਤੁਸੀਂ ਮੈਨੂੰ ਮੇਰਾ ਵੀ ਅੱਗੇ ਫਿਊਚਰ ਸਿਕਿਓਰ ਕਰ ਦਿਉ ਅਤੇ ਬਾਕੀ ਜੇ ਕੁਛ ਐਕਸਟਰਾ ਹੈ ਤਾਂ ਫਿਰ ਤੁਸੀਂ ਆਪ ਰੱਖ ਲਓ ਆਈ ਥਿੰਕ ਉਹੀ ਸਾਰੇ ਦੇ ਸਾਰੇ ਇਸ ਪੋਜ਼ਿਟਿਵਿਟੀ ਵੱਲ ਥੋੜ੍ਹੀ ਐਨਰਜੀ ਪਾਈਏ ਜ਼ਰੂਰ ਨੈਗੋਸ਼ੀਏਟ ਕਰਕੇ ਬੈਠ ਕੇ ਗੱਲ ਹੋ ਸਕਦੀ ਹੈ ਔਰ ਦੋਨੋਂ ਚੀਜ਼ਾਂ ਰਹਿ ਸਕਦੀਆਂ ਅੱਜ ਵਾਸਤੇ ਇੰਨਾ ਹੀ ਸਤਿ ਸ਼੍ਰੀ ਅਕਾਲ